मेरे मन मेरे मन मुख हर 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 बोलिए हो मुख हर 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 बोलिए। गुरु रामदास महाराज वालों देव गंधारी राग विच उच्चारण किया शब्द है मेरे मन ऐ मेरे मन मूह तो परमात्मा का नाम जपया कर गुरमुख रंग चलूले राती हर प्रेम भिन्नी चोली है। जेड़ी जीव रूपी इस्त्री गुरु की शरण विच आ जाती है ना सतगुरु जी उन्होंने अपने प्रेम दे विच रंग देंदे ने। साध संगत जेड़े मुख तो जपते ने सतनाम श्री दुनिया के रंग चढ़ते भी बड़ी छेती ने ते लेंदे भी बड़ी छेती है पर एक नाम का रंग है पहले तो चढ़ता ही नहीं पर जे चढ़ जावे ना फिर साध संगत बंद बंद ते बंदे दा कट जांदा है पर यह रंग नहीं कोई ला सकता। सो आओ मेरे मन मुख हर 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 बोलिए सारे बोलियो मेरे मन मेरे मन मुख हर 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 बोलिए हो मुख हर 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 बोलिए मेरे मन मेरे मन मेरे मन मुख हर 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 बोलिए मुख हर 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 बोलिए। धन श्री गुरु गोबिंद सिंह जी 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 मेरे मन मेरे मन मुख हर 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 बोलिए बोलिए मुख हर 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 बोलिए ओ मुख हर 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 बोलिए बोलिए मुख हर 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 बोलिए। गुरमुख रंग चलू लहराती गुरमुख रंग चलू लहराती हर प्रेम पिन्नी चोलिए हर प्रेम पिन्नी चोलिए गुरमुख रंग चलू लहराती गुरमुख रंग चलू लहराती हर प्रेम पिन्नी चोलिए हर प्रेम पिन्नी चोलिए मेरे मना मेरे मना मुख हर 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 बोलिए मुख हर 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 बोलिए वाहगुरु 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 बोल के
सारी संगत जुड़ जाओ बोल के भाई सारे बोले मेरे मन मेरे मन मेरे मन मुख हर 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 बोलिए बोलिए मुख हर 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 बोलिए मेरे मन मेरे मन मेरे मन मुख हर 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 बोलिए बोलिए मुख हर 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 बोलिए वाहे गुरु आखो सारे सतनाम श्री वाहिगुरु सतगुरु श्री गुरु ग्रंथ साहिब महाराज शहनशाह सतगुरां दी गोद विच बैठे हो दोवें हाथ जोड़ के पहले आखो धन धन श्री गुरु ग्रंथ साहिब जी पिछे तक सारे बोलो धन धन श्री गुरु ग्रंथ साहिब जी फिर बोलो धन धन श्री गुरु ग्रंथ साहिब जी सतगुरां दी हजूरी विच सज बैठे हो दोवें हाथ जोड़ के रसना पवित्र करो दास दे गरीब दे जथे दी हाजरी प्रवान करो अपनी हाजरियां लवाउण वास्ते सारे आखो जी वाहे गुरु जी का खालसा वाहे गुरु जी की फतेह आप जी 25वां सालाना प्रगटियो खालसा समागम इस महान समागम दे अज दूसरे दीवान रात्रि दे हजारां दी गिणती च बहुत वड्डी तादाद विच संगत अज इस समागम च पहुंची है सारे ही पिंडा नगरां वालियां दे गुरु प्यारियां दी संगतां दे चरणां ते सीस रख के मैं सब दे संगतां नूं जी आया कहना
ਸਾਧ ਸੰਗਤ ਕਦੀ ਬਾਬਾ ਫਰੀਦ ਜੀਆਂ ਦੀ ਮਾਤਾ ਜੀ ਉਹਨਾਂ ਨੂੰ ਪੁੱਛਦੇ ਆ। ਬਾਬਾ ਫਰੀਦ ਜੀ ਦੇ ਮਾਤਾ ਜੀ ਨਾ ਇੱਕ ਵਾਰ ਇਬਾਦਤ ਕਰਦੇ, ਇੱਕ ਸ਼ਬਦ ਕਹਿਣਾ, ਬੇਟਾ ਅੱਜ ਰੱਬ ਟੁੱਠਾ ਆ। ਅਗਲੇ ਦਿਨ ਕਹਿਣਾ, ਅੱਜ ਰੱਬ ਰੁੱਠਾ ਆ। ਬਾਬਾ ਫਰੀਦ ਜੀ ਫਿਰ ਸੁਣ ਲਿਆ, ਮਾਂ ਨੇ ਕਿਹਾ ਅੱਜ ਰੱਬ ਟੁੱਠਾ ਆ। ਅਗਲੇ ਦਿਨ ਕਹਿ ਦੇਣਾ, ਅੱਜ ਰੱਬ ਰੁੱਠਾ ਆ। ਬਾਬਾ ਫਰੀਦ ਜੀ ਮਾਂ ਨੂੰ ਪੁੱਛਦੇ, ਕਿਉਂਕਿ ਛੋਟਾ ਬੱਚਾ ਨਿਰਮਲ ਹਿਰਦਾ ਹੁੰਦਾ ਨਾ, ਚੰਚਲ ਮਤ ਬਾਰਕ ਬਪਰੇ ਕੀ, ਕਿਹਾ ਮਾਂ ਰੱਬ ਟੁੱਠੇ ਦੀ ਕੀ ਨਿਸ਼ਾਨੀ ਹੈ? ਕਹਿੰਦੇ ਰੱਬ ਟੁੱਠੇ ਦੀ ਨਿਸ਼ਾਨੀ ਹੈ ਕੋਈ ਬਖਸ਼ੇ ਹੋਏ ਦਾ ਮਲਾਪ ਹੋ ਜਾਵੇ। ਕਹਿੰਦੇ ਜਿਸ ਦਿਨ ਤੈਨੂੰ ਕਿਸੇ ਬਖਸ਼ੇ ਹੋਏ ਦਾ ਜੁੜੇ ਹੋਏ ਦਾ ਮਲਾਪ ਹੋ ਜਾਵੇ, ਸਮਝ ਲਈ ਤੇਰੇ ਤੇ ਅੱਜ ਰੱਬ ਟੁੱਠਾ ਹੈ। ਤੇ ਜੇ ਦਿਨ ਨਿੰਦਕ ਤੋੜਨ ਵਾਲਾ ਬਾਣੀ ਨਾਲੋਂ ਸ਼ਬਦ ਨਾਲੋਂ ਤੋੜਨ ਵਾਲਾ ਮਿਲ ਗਿਆ ਤੇ ਸਮਝ ਲਈ ਰੱਬ ਰੁੱਠਾ ਹੈ। ਰਹਿਰਾ ਸਾਹਿਬ ਚ ਅਰਦਾਸ ਕਰਦੇ, ਤਿਸ ਸਾਹਿਬ ਕੀ ਟੇਕ, ਉਹ ਪਹਿਲੇ ਪੜਿਆ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰੀਆ, ਤਿਸ ਸਾਹਿਬ ਕੀ ਨਾਨਕ ਮੰਨੇ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹ ਵਾਹ, ਇਹ ਸੱਚੀ ਗੱਲ ਹੈ। ਅੱਜ ਸਾਡੇ ਸਾਰਿਆਂ ਤੇ ਕੋਈ ਮੰਨੇ ਭਾਵੇਂ ਨਾ ਮੰਨੇ, ਜੇ ਇੱਥੇ ਕੋਈ ਇੱਕ ਵੀ ਜੀ ਆਇਆ, ਜੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਰਿਹਾ, ਪੰਜ ਪਿਆਰਿਆਂ ਦੇ ਦਰਸ਼ਨ ਕਰ ਰਿਹਾ, ਸੰਗਤਾਂ ਦੇ ਦਰਸ਼ਨ ਕਰ ਰਿਹਾ, ਤੇ ਸਮਝ ਲਓ ਅੱਜ ਤੁਹਾਡੇ ਉੱਤੇ ਕਲਗੀਆਂ ਵਾਲਾ ਪਾਤਸ਼ਾਹ ਲੱਖਾਂ ਗੁਣਾ ਟੁੱਟ ਗਿਆ। ਬਾਬਾ ਬੁੱਢਾ ਸਾਹਿਬ ਜੀ ਪੁੱਛਦੇ ਨੇ, ਕਿਹਾ ਗੁਰੂ ਅਰਜਨ ਦੇਵ ਮਹਾਰਾਜ ਜੀ, ਕਈ ਵਾਰ ਆਪ ਜੀ ਗੈਰ ਹਾਜ਼ਰ ਹੁੰਦੇ ਹੋ, ਮੇਰੇ ਕੋਲ ਕੋਈ ਆ ਜਾਂਦਾ, ਮੇਰੀ ਵੀ ਇੱਕ ਸਵਾਲ ਤੁਹਾਨੂੰ ਇੱਕ ਕੁਸ਼ਚਨ ਹੈ। ਬਾਬਾ ਬੁੱਢਾ ਸਾਹਿਬ ਕੁਸ਼ਚਨ ਕਰਦੇ, ਸਵਾਲ ਕਰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਨੇ, ਗੌਰ ਕਰਿਓ। ਸਵਾਲ ਇਹ ਹੈ ਬਾਬਾ ਜੀ, ਹੇ ਗੁਰੂ ਸਾਹਿਬ, ਬਾਬਾ ਬੁੱਢਾ ਸਾਹਿਬ ਕਹਿੰਦੇ, ਮਹਾਰਾਜ ਜੀ ਜੇ ਕਿਸੇ ਨੇ ਰੱਬ ਨੂੰ ਮਿਲਣਾ ਹੋਵੇ ਤਾਂ ਕਿੱਦਾਂ ਮਿਲੀਏ? ਅੱਜ ਆਪਾਂ ਇੱਥੇ ਆ ਕੇ ਹਰ ਇੱਕ ਚੀਜ਼ ਮੰਗਦੇ ਹਾਂ, ਪਰ ਕੋਈ ਕਹਿੰਦਾ ਆਵਾਜ਼ਾਂ ਵਾਲਿਆ ਮੈਨੂੰ ਤੇਰੇ ਦਰਸ਼ਨਾਂ ਦੀ ਲੋੜ ਹੈ। ਤੇ ਬਾਬਾ ਬੁੱਢਾ ਸਾਹਿਬ ਕਹਿੰਦੇ, ਭਾਈ ਜੇ ਰੱਬ ਨੂੰ ਮਿਲਣਾ ਤੇ ਗੁਰੂ ਕੋਲ ਆ ਕੇ ਇੱਕ ਗੱਲ ਚੇਤੇ ਰੱਖਿਆ ਕਰੋ, ਸਾਚਾ ਸਾਹਿਬ ਸਦ ਮਿਹਰਬਾਨ। ਸਾਡੇ ਢਹਿਣ ਵਿੱਚ ਤੇ ਦੇਰੀ ਹੈ, ਸਾਡੇ ਅਰਦਾਸ ਕਰਨ ਵਿੱਚ ਤੇ ਦੇਰੀ ਹੈ, ਪਰ ਉਹਦੇ ਦਰਸ਼ਨ ਦੇਣ ਵਿੱਚ ਕੋਈ ਦੇਰੀ ਨਹੀਂ ਹੈ। ਇਹ ਸ਼ਬਦ ਇੱਥੋਂ ਨਹੀਂ ਸ਼ੁਰੂ ਹੋਇਆ। ਕੀ ਕਿਹਾ? ਸਾਚਾ ਸਾਹਿਬ ਉਹ ਕਿਸੇ ਨਾਲ ਵੀ ਨਾਰਾਜ਼ ਨਹੀਂ ਹੁੰਦਾ, ਉਹ ਸਾਰਿਆਂ ਤੇ ਮਿਹਰਬਾਨ ਹੈ। ਉਹ ਕਦੀ ਕਿਸੇ ਨਾਲ ਕਿਸੇ ਦੇ ਔਗਣ ਦੇਖ ਕੇ ਕਿਸੇ ਤੋਂ ਰੁੱਠਦਾ ਨਹੀਂ। ਫਿਰ ਕਿਹਾ, ਜਦੋਂ ਗੁਰੂ ਨੂੰ ਮਿਲਣਾ ਹੈ, ਜਦੋਂ ਰੱਬ ਨੂੰ ਮਿਲਣਾ, ਤੇ ਸ਼ਬਦ ਪੜਿਓ, ਬੋਲਿਓ ਸਾਰੇ, ਹਮਰੀ ਗਣਤਨਾ ਗਣੀਆਂ ਕਾਈ। ਮਹਾਰਾਜ ਜੀ ਸਾਡੇ ਔਗਣਾਂ ਦਾ ਕੋਈ ਵੀ ਅੰਤ ਨਹੀਂ ਹੈ, ਆਪਣਾ ਬਿਰਧ ਪਛਾਣ। ਮਹਾਰਾਜ ਜੀ ਆਪਣਾ ਬਿਰਧ ਪਛਾਣੋ, ਤੁਹਾਡਾ ਬਿਰਧ ਕੀ ਹੈ? ਗਰੀਬਾਂ ਨੂੰ, ਅਨਾਥਾਂ ਨੂੰ, ਔਗਣਾਂ ਨਾਲ ਭਰੇ ਹੋਇਆਂ ਨੂੰ, ਹੇ ਵਾਜਾਂ ਵਾਲਿਆਂ ਤੋਂ ਚੁੱਕ ਕੇ, ਜਿਨ ਕੀ ਜਾਤ ਬਰਨ ਕੁਲ ਨਾਹੀ, ਸਰਦਾਰੀ ਨਾ ਭਈ ਕਦਾਹੀ, ਇਹ ਤੇਰਾ ਬਿਰਧ ਹੈ, ਤਿੰਨ ਹੀ ਕੋ ਸਰਦਾਰ ਬਣਾਉਂ, ਤਵੇ ਗੋਬਿੰਦ ਸਿੰਘ ਨਾਮ ਕਹਾਉਂ। ਕੀ ਕਿਹਾ? ਗੁਰੂ ਕੋਲ ਆਓ, ਜੇ ਰੱਬ ਨੂੰ ਮਿਲਣਾ ਚਾਹੁੰਦੇ ਹੋ ਤੇ ਪੜਿਆ ਕਰੋ ਹਮਰੀ ਗਣਤਨਾ ਆਪਣਾ ਬਿਰਧ ਪਛਾਣ। ਤੇਰਾ ਬਿਰਧ ਹੈ, ਤੂੰ ਡਿੱਗੇ ਹੋਏ ਨੂੰ ਆਪਣੇ ਗਲ ਨਾਲ ਲਾਉਣਾ। ਸਾਧ ਸੰਗਤ ਡਿੱਗਣਾ ਹੀ ਬੜਾ ਔਖਾ ਹੈ, ਜੇ ਕੋਈ ਡਿੱਗ ਜਾਵੇ, ਸੀਸ ਝੁਕਾ ਦੇਵੇ, ਪਾਪਾਂ ਦੀ ਪੋਟ ਧਰਤੀ ਤੇ ਡਿੱਗ ਜਾਂਦੀ ਹੈ। ਪਰ ਅੱਜ ਸੀਸ ਝੁਕਾਉਣਾ ਬਹੁਤ ਔਖਾ ਹੋਇਆ ਪਿਆ। ਮੈਂ ਇੱਕ ਬੇਨਤੀ ਕਰਾਂ, ਮਹਾਂਪੁਰਸ਼ਾਂ ਦਾ ਬਚਨ ਮੈਨੂੰ ਚੇਤੇ ਆ ਗਿਆ। ਕੋਈ ਬੰਦਾ ਮੱਥਾ ਟੇਕਦਾ ਹੈ, ਮਹਾਂਪੁਰਸ਼ ਉੱਥੇ ਬੈਠੇ ਬੰਦਗੀ ਵਾਲੇ, ਕਹਿੰਦੇ ਮੱਥਾ ਟੇਕਣ ਦਾ ਕੀ ਮਤਲਬ ਹੁੰਦਾ ਹੈ? ਕਿਹਾ, ਜੀ ਦੱਸੋ ਬਾਬਾ ਜੀ ਕੀ ਮੱਥਾ ਟੇਕਣ ਦਾ ਮਤਲਬ ਹੁੰਦਾ? ਕਹਿੰਦੇ ਤੂੰ ਦੱਸ। ਕਹਿੰਦੇ, ਜੀ ਮੈਂ ਮੱਥਾ ਤਾਂ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ, ਵੀ ਗੁਰੂ ਨੇ
ਮਹਾਂਪੁਰਸ਼ ਕਹਿੰਦੇ ਇਹ ਤਾਂ ਗੱਲ ਹੈ ਹੀ ਹੈ, ਪਰ ਅਸਲੀ ਮਤਲਬ ਕੀ ਹੈ? ਵਾਟ ਇਜ਼ ਦੀ ਡੈਫੀਨੇਸ਼ਨ? ਸੀਸ ਝੁਕਾਉਣ ਦੀ ਡੈਫੀਨੇਸ਼ਨ ਕੀ, ਇਹਦਾ ਮਤਲਬ ਕੀ ਹੈ? ਮੱਥਾ ਟੇਕਣ ਦਾ ਮਤਲਬ ਕੀ ਹੈ? ਕਹਿੰਦੇ ਬਾਬਾ ਜੀ ਤੁਸੀਂ ਦੱਸ ਦਿਓ। ਕਹਿੰਦੇ ਮੱਥਾ ਟੇਕਣ ਦਾ ਮਤਲਬ ਹੈ ਸੱਚੇ ਪਾਤਸ਼ਾਹ, ਕਿਉਂਕਿ ਸਿਰ ਜੇ ਸਾਧ ਸੰਗਤ ਸਭ ਕੁਛ ਦੇਖੀਏ ਇਹ ਦਿਮਾਗ ਤੇ ਚੱਲ ਰਿਹਾ, ਜੇ ਸਿਰ ਤੇਰੇ ਅੱਗੇ ਝੁਕ ਗਿਆ ਅੱਜ ਤੋਂ ਬਾਅਦ ਜੋ ਗੁਰ ਕਹੇ ਸੋਈ ਭਲ ਮਾਨੋ। ਮਹਾਰਾਜ ਜੀ ਮੈਂ ਮੱਥਾ ਤੁਹਾਨੂੰ ਝੁਕਾ ਦਿੱਤਾ, ਅੱਜ ਤੋਂ ਬਾਅਦ ਜਿੱਥੋਂ ਤੁਸੀਂ ਮੋੜੋਗੇ ਮੈਂ ਮੁੜ ਜਾਵਾਂਗਾ, ਜਿੱਥੇ ਤੁਸੀਂ ਜੋੜੋਗੇ ਮੈਂ ਜੁੜ ਜਾਵਾਂਗਾ। ਇਹ ਮੱਥਾ ਟੇਕਣ ਦਾ ਮਤਲਬ ਹੈ। ਤੇ ਸਾਧ ਸੰਗਤ ਅੱਜ ਆਪਾਂ ਸਾਰੇ ਆਏ ਹਾਂ, ਫਿਰ ਕਿਹਾ ਦੱਸੋ ਜੀ ਬਾਬਾ ਫਰੀਦ ਦੀ ਮਾਤਾ, ਜੇ ਰੱਬ ਟੁੱਟ ਜਾਵੇ ਤੇ ਗੁਰਸਿੱਖਾਂ ਦਾ ਪਿਆਰਿਆਂ ਦਾ ਮਿਲਾਪ ਹੁੰਦਾ। ਤੇ ਸਾਧ ਸੰਗਤ ਸੱਚੀ ਗੱਲ ਹੈ, ਜੇ ਗੁਰੂ ਨਾਨਕ ਦੀ ਅੱਜ ਸੰਗਤ ਕਰਨ ਆਏ ਹੋ, ਵਾਜਾਂ ਵਾਲੇ ਦੀ ਸੰਗਤ ਕਰਨ ਆਏ ਹੋ, ਪੁੱਛਿਆ ਕਦੀ ਕਿਸੇ ਵਿਦਵਾਨ ਨੂੰ, ਕਹਿੰਦੇ ਗੁਰੂ ਦੀ ਸੰਗਤ ਕਿੱਦਾਂ ਕਰੀਏ? ਕਹਿੰਦੇ ਗੁਰੂ ਦੀ ਸੰਗਤ ਕਰਨੀ ਹੈ ਤੇ ਐਂ ਕਰੋ। ਜਰਾ ਬੋਲਿਓ ਸਾਹਿਬ, ਬਾਬੇ ਨਾਨਕ ਦਾ ਸੰਗ ਕਰਨਾ ਕਿਵੇਂ ਕਰਨਾ? ਗੁਰੂ ਦਾ ਸੰਗ ਕਿਵੇਂ ਕਰਨਾ ਪਿਆਰਿਓ? ਆਪਾਂ ਸਾਰੇ ਬੈਠੇ ਹਾਂ, ਜੇ ਸੰਗਤ ਪੁਰੇ ਮਾਣਕਪੁਰ ਕਿੰਨੇ ਆ ਪੰਜਾਬ ਦੇ ਪਿੰਡ ਨੇ, ਮੈਂ ਸਾਰਿਆਂ ਦਾ ਨਾਮ ਲਵਾਂ ਨਹੀਂ ਜਾਣਦਾ, ਪਰ ਜੇ ਸੰਗਤ ਕਰਨੀ ਹੈ ਤਾਂ ਤੁਸੀਂ ਪਿੰਡ ਜਾਓਗੇ ਕੀ ਦੱਸੋਗੇ? ਅੱਜ ਅਸੀਂ ਸੰਗਤ ਕਰਕੇ ਆਏ ਹਾਂ। ਬੋਲੋ, ਅੱਜ ਅਸੀਂ ਸਤ ਸੰਗਤ ਕਰਕੇ ਆਏ ਹਾਂ। ਕਹਿੰਦੇ ਜੀ ਕਿੱਥੋਂ? ਸੰਸਾਰ ਸਾਹਿਬ ਤੋਂ। ਪਰ ਸੰਗਤ ਕਰਨੀ ਕਿਵੇਂ ਹੈ? ਇਹ ਤੇ ਸਿੱਖ ਲਈ ਹੈ ਅੱਜ। ਕਹਿੰਦੇ ਜੇ ਸੰਗਤ ਕਰਨੀ ਹੈ ਤੇ ਸੰਗਤ ਕਰਕੇ ਕੁਛ ਲੈ ਕੇ ਜਾਣਾ, ਤੇ ਐ ਸੰਗਤ ਕਰ ਲੈ ਜਿਵੇਂ ਬਾਲੇ ਤੇ ਮਰਦਾਨੇ ਨੇ ਗੁਰੂ ਨਾਨਕ ਦੀ ਸੰਗਤ ਕੀਤੀ। ਬੋਲਿਓ ਜਰਾ ਸਾਰੇ, ਗੁਰੂ ਨਾਨਕ ਦਾ ਸੰਗ ਕਰਨਾ ਕੇ ਬਾਲੇ ਤੇ ਮਰਦਾਨੇ ਦੀ ਤਰ੍ਹਾਂ, ਬਾਬੇ ਨਾਨਕ ਦਾ ਸੰਗ ਕਰਨਾ ਬਾਲੇ ਤੇ ਮਰਦਾਨੇ ਦੀ ਤਰ੍ਹਾਂ, ਗੁਰੂ ਨਾਨਕ ਦਾ ਸੰਗ ਕਰਨਾ ਕੇ ਬਾਲੇ ਤੇ ਮਰਦਾਨੇ ਦੀ ਤਰ੍ਹਾਂ, ਗੁਰੂ ਨਾਨਕ ਦਾ ਸੰਗ ਕਰਨਾ ਬਾਲੇ ਤੇ ਮਰਦਾਨੇ ਦੀ ਤਰ੍ਹਾਂ, ਗੁਰੂ ਨਾਨਕ ਦਾ ਸੰਗ ਕਰਨਾ ਬਾਲੇ ਤੇ ਮਰਦਾਨੇ ਦੀ ਤਰ੍ਹਾਂ, ਬਾਬੇ ਨਾਨਕ ਦਾ ਸੰਗ ਕਰਨਾ ਬਾਲੇ ਤੇ ਮਰਦਾਨੇ ਦੀ ਤਰ੍ਹਾਂ, ਜੇ ਬੰਦਿਆ ਤੂੰ ਭਵ ਸਕ ਤਰਨਾ, ਜੇ ਬੰਦਿਆ ਤੂੰ ਭਵ ਜਲ 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 ਤਰਨਾ, ਬੰਦਿਆ ਤੂੰ ਭਵ ਜਲ ਤਰਨਾ, ਜੇ 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 ਤਰਨਾ ਪੂਰਾ ਸਤਿਗੁਰ ਧਿਆ ਲੈ ਕੇ ਬਾਲੇ ਤੇ ਮਰਦਾਨੇ ਦੀ ਤਰ੍ਹਾਂ, ਪੂਰਾ ਸਤਿਗੁਰ ਧਿਆ ਲੈ ਕੇ ਬਾਲੇ ਤੇ ਮਰਦਾਨੇ ਦੀ ਤਰ੍ਹਾਂ, ਪੂਰਾ ਸਤਿਗੁਰ ਧਿਆ ਲੈ ਬਾਲੇ ਤੇ ਮਰਦਾਨੇ ਦੀ ਤਰ੍ਹਾਂ, ਪੂਰਾ ਸਤਿਗੁਰ ਧਿਆ ਲੈ ਬਾਲੇ ਤੇ ਮਰਦਾਨੇ ਦੀ ਤਰ੍ਹਾਂ, ਜੀ ਪੂਰਾ ਸਤਿਗੁਰ ਧਿਆ ਲੈ ਬਾਲੇ ਤੇ ਮਰਦਾਨੇ ਦੀ ਤਰ੍ਹਾਂ, ਪੂਰਾ ਸਤਿਗੁਰ ਧਿਆ ਲੈ ਬਾਲੇ ਤੇ ਮਰਦਾਨੇ ਦੀ ਤਰ੍ਹਾਂ, ਗੁਰੂ ਨਾਨਕ ਦਾ ਗੁਰੂ ਨਾਨਕ ਦਾ ਗੁਰੂ ਨਾਨਕ ਦਾ ਸੰਗ ਕਰਨਾ ਕੇ ਬਾਲੇ ਤੇ ਮਰਦਾਨੇ ਦੀ ਤਰ੍ਹਾਂ, ਨਾਨਕ ਦਾ ਸੰਗ ਕਰਨਾ ਬਾਲੇ ਤੇ ਮਰਦਾਨੇ ਦੀ ਤਰ੍ਹਾਂ, ਗੁਰੂ ਨਾਨਕ ਦਾ ਸੰਗ ਕਰਨਾ ਬਾਲੇ ਤੇ ਮਰਦਾਨੇ ਦੀ ਤਰ੍ਹਾਂ, ਬੋਲੋ ਸਰ, ਨਾਨਕ ਦਾ ਸੰਗ ਕਰਨਾ ਬਾਲੇ ਤੇ ਮਰਦਾਨੇ ਦੀ ਤਰ੍ਹਾਂ, ਗੁਰੂ ਨਾਨਕ ਦਾ ਸੰਗ ਕਰਨਾ ਬਾਲੇ ਤੇ ਮਰਦਾਨੇ ਦੀ ਤਰ੍ਹਾਂ, ਵਾਹਿਗੁਰੂ, ਨਾਨਕ ਦਾ ਸੰਗ ਕਰਨਾ ਬਾਲੇ ਤੇ ਮਰਦਾਨੇ ਦੀ ਤਰ੍ਹਾਂ।
करनी है ते ऐ करो ते सच करके जाण्यो जिथे बाले मरदाने नू बाबे ने बिठा दिता बह के जिथे खड़ा दिता खड़ के रात नू अमृत वेले एक बजे क्या रबाब सुर कर बाणी आई जी महाराज सत वचन कहंदे मरदानिया तेरी आखरी ख्वाहिश की है सच करके दस तेरी कबर बना दी गौर करे वो मरदाना मुसलमान सी तेरी कबर बना दी तेरी समाध बना दी वधिया उहदे ते मार्बल ला दी संगत जी गौर करियो भाई मरदाने दी अखां चो हंजू चलन लग गए कहंदे बाबा नानक जी जे जिउंदियां अपने चरणां नाल जोड़िया ना जिस दिन मैं संसार तो जावां मैनू जाण तो बाद भी अपने चरणां नाल ही जोड़ के रखियो बोले सौ निहाल सत श्री अकाल जिउंदियां महाराज चरणां नाल जोड़िया मर के मैनू कबरां दे विच ना पायो ऐ संगत करनी अज आपां मेरे कलगी तरपाशाह दा वेला साध संगत दिल्ली तो एक परिवार आया अज भी दिल्ली तो संगत आई है जिदा नाम इतिहास विच बीबी त्रिलोका बाई आया घर वाले नाल आई है साध संगत मेरे कलगीधर पातशाह दे दर्शन कीते ऐसा रस बन गया मन विच तार लिया जदो अगली बारी आवांगी मैं अमृत छक के आना करे जाके तैयारियां करनिया शुरू कर दित्तियां आप जुड़दी है ते होरना नू बाणी नाल जोड़दी है अज इत्थों जाण तो बाद ना तुसी आप भी जुड़ के जाना ते जदों अगों किसे नू जांदियां मिलियो ना वादा करके जायो एक एक दो दो नू साध संगत अमर छका के गुरु के जहाज चढ़ावां तां ते फायदा भी है ना बीबी त्रिलोका बाई दिल्ली आ गई दिल्ली आके बहुत संगत नू बाणी नाल जोड़ना शुरू जेड़ा आप ही नहीं जुड़िया उन्हें साध संगत होर किसे नू की जोड़ना ते साध संगत बीबी त्रिलोका बाई नू एक दिन किसे ने आके पुछिया ओ जीदी तू संगत दी गल कर दी ओ दी संगत करके पत्थर भी तर जांदे ने जेता समुद्र सागर तेते औगण दया करो डुबदे ओ गुरु केड़ा या साध संगत गुरु किथे रहिंदा या बीबी त्रिलोका बाई कहिंदी आ गुरु श्री आनंदपुर साहिब रहिंदा है बीबी त्रिलोका बाई ने ना अपने गुरु की सिफत विच पढ़ना शुरू कर दिता वह सिखी कहदा जिहड़ा गुरु की सिफत ही ना करे ਮੈਨੂੰ ਕਈ ਵਾਰ ਕਈ ਪੁੱਛਦੇ ਨੇ ਕਹਿੰਦੇ ਤੁਸੀਂ ਬਹੁਤ ਗੁੱਸੇ 'ਚ ਵੀ ਕਈ ਵਾਰੀ ਆ ਕੇ ਕਹਿ ਦਿੰਦੇ ਹੋ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਜ਼ਰੀਆ ਕਹਿ ਦਿੰਦੇ ਜਾਂ ਗੁਰੂ ਦੇ ਸਰੋਵਰਾਂ ਨੂੰ ਨਿੰਦ ਦਿੰਦੇ ਜਾਂ ਸਾਧ ਸੰਗਤ ਹਰਿਮੰਦਰ ਸਾਹਿਬ ਨੂੰ ਨਿੰਦ ਦਿੰਦੇ ਤੁਸੀਂ ਬੋਲਦੇ ਹੋਰ ਕੋਈ ਨਹੀਂ ਬੋਲਦਾ ਮੈਂ ਇੱਕ ਬੇਨਤੀ ਕੀਤੀ ਸਾਧ ਸੰਗਤ ਉਹਨਾਂ ਦੇ ਚਰਨਾਂ 'ਚ ਮੈਂ ਕਿਹਾ ਜਿੰਨੀ ਦੇਰ ਤੱਕ ਕਿਉਂਕਿ ਗੁਰੂ ਸਾਹਿਬ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦੋ ਮੈਨੂੰ ਨਿੰਦਿਆ ਬਹੁਤ ਪਿਆਰੀ ਲੱਗਦੀ ਹੈ ਪਰ ਪਿਆਰਿਓ ਚੇਤੇ ਰੱਖਿਓ ਜਿੰਨੀ ਦੇਰ ਤੱਕ ਨਿੰਦਿਆ ਆਪਣੇ ਤੱਕ ਹੋਵੇ ਨਾ ਜਰੀ ਜਾ ਸਕਦੀ ਹੈ ਪਰ ਜਦੋਂ ਨਿੰਦਿਆ ਗੁਰੂ ਦੀ ਹੋਵੇ ਗੁਰ ਕੀ ਨਿੰਦਾ ਸੁਣੇ ਨਾ ਕਹਾਂ ਫਿਰ ਸੁਣੀ ਨਹੀਂ ਜਾ ਸਕਦੀ ਬੀਬੀ ਤਰਲੋਕਾ ਬਾਈ ਗੁਰੂ ਦੀ ਸਿਫਤਾਂ ਕਰਦੀ ਹੈ ਤੇ ਸੰਗਤ ਜੁੜਨੀ ਸ਼ੁਰੂ ਹੋ ਗਈ ਜਿਹੜਾ ਆਪ ਹੀ ਨਹੀਂ ਜੁੜਿਆ ਦੂਜੇ ਨੂੰ ਕਦੀ ਜੋੜ ਨਹੀਂ ਸਕਦਾ ਅੱਜ ਇੱਥੇ ਇੰਨੀ ਸੰਗਤ ਜੁੜੀ ਹੈ ਨਾ ਤੇ ਸੰਤ ਬਾਬਾ ਸਰੂਪ ਸਿੰਘ ਮਹਾਂਪੁਰਸ਼ 35 ਸਾਲਾਂ ਦੇ ਆਪ ਜੁੜੇ ਤਾਂ ਇੰਨੀ ਸੰਗਤ ਅੱਜ ਇੱਥੇ ਬੈਠੀ ਹੋਈ ਹੈ ਸਤਿ ਸ੍ਰੀ ਅਕਾਲ ਇੱਕ ਵਾਰੀ ਬਿਨਾਂ ਸਾਜਾਂ ਤੋਂ ਆਪਾਂ ਬੋਲਾਂਗੇ ਕੀ ਪੜ੍ਹਦੀ ਹੈ ਕਿਵੇਂ ਅੱਜ ਸਾਡੇ ਅੰਦਰ ਵੀ ਗੁਰੂ ਦਾ ਇਹ ਪਿਆਰ ਪੈਦਾ ਇੱਕ ਬੀਬੀ ਮੇਰੀਆਂ ਭੈਣਾਂ ਸਤਿਕਾਰਯੋਗ ਇੱਥੇ ਬੈਠੀਆਂ ਕਦੀ ਗੁਰੂ ਪ੍ਰਤੀ ਐਸਾ ਪਿਆਰ ਕਰਕੇ ਦੇਖਿਓ ਸਾਰੇ ਜਗ ਦਾ ਹੈ ਉਹ ਰੱਖਵਾਲਾ ਹਾਂ ਮੇਰਾ ਸਤਿਗੁਰ ਹੈ ਜਗ ਤੋਂ ਨਿਰਾਲਾ ਸਾਰੇ ਜਗ ਦਾ ਹੈ ਉਹ ਰਖਵਾਲਾ ਮੇਰਾ ਸਤਿਗੁਰ ਹੈ ਜਗ ਤੋਂ ਨਿਰਾਲਾ ਮੇਰੇ ਗੁਰੂ ਵਰਗਾ ਕੋਈ ਗੁਰੂ ਨਹੀਂ ਹੈ ਅੱਜ ਤੱਕ ਗੁਰੂ ਪੀਰ ਅਵਤਾਰ ਬਹੁਤ ਆਏ
ਪਰ ਕਹਿੰਦੇ ਕਿਸੇ ਵੀ ਗੁਰੂ ਨੇ ਆਪਣੇ ਸਿੱਖ ਨੂੰ ਆਪਣੇ ਵਰਗਾ ਨਹੀਂ ਬੋਲੋ। ਪਰ ਵਾਜਾਂ ਵਾਲੇ ਸਤਿਗੁਰੂ ਜੀ ਐਸੇ ਨੇ ਜਿਨ੍ਹਾਂ ਨੇ ਸਾਧ ਸੰਗਤ ਕਿਹਾ ਖਾਲਸਾ ਮੇਰੋ ਰੂਪ ਹੈ। ਬੋਲਿਓ ਜਰਾ ਸਾਰੇ ਸਾਰੇ ਜਗ ਦਾ ਹੈ ਓ ਰਖਵਾਲਾ, ਮੇਰਾ ਸਤਿਗੁਰ ਹੈ ਜਗ ਤੋਂ ਨਿਰਾਲਾ, ਸਾਰੇ ਜਗ ਦਾ ਹੈ ਓ ਰਖਵਾਲਾ, ਮੇਰਾ ਸਤਿਗੁਰ ਹੈ ਜਗ ਤੋਂ ਨਿਰਾਲਾ, ਸਾਰੇ ਜਗ ਦਾ ਹੈ ਓ ਰਖਵਾਲਾ, ਮੇਰਾ ਸਤਿਗੁਰ ਹੈ ਜਗ ਤੋਂ ਨਿਰਾਲਾ, ਸਾਰੇ ਮੇਰਾ ਸਤਿਗੁਰ ਹੈ ਜਗ ਤੋਂ, ਮੇਰਾ ਸਤਿਗੁਰ ਹੈ ਜਗ ਤੋਂ ਨਿਰਾਲਾ, ਮੇਰਾ ਮੇਰਾ ਸਤਿਗੁਰ ਹੈ ਜਗ ਤੋਂ ਨਿਰਾਲਾ, ਸਤਿਗੁਰ ਹੈ ਜਗ ਤੋਂ ਨਿਰਾਲਾ, ਮੇਰਾ ਸਤਿਗੁਰ ਹੈ ਜਗ ਤੋਂ ਨਿਰਾਲਾ, ਸਾਰੇ ਜਗ ਤੋਂ ਹੈ ਓ ਰਖਵਾਲਾ, ਮੇਰਾ ਸਤਿਗੁਰ ਹੈ ਜਗ ਤੋਂ ਨਿਰਾਲਾ, ਸਾਰੇ ਜਗ ਤੋਂ ਹੈ ਓ ਰਖਵਾਲਾ, ਮੇਰਾ ਸਤਿਗੁਰ ਹੈ ਜਗ ਤੋਂ ਨਿਰਾਲਾ, ਮੇਰਾ ਸਤਿਗੁਰ ਹੈ ਜਗ ਤੋਂ ਨਿਰਾਲਾ, ਮੇਰਾ ਸਤਿਗੁਰ ਹੈ ਜਗ ਤੋਂ ਨਿਰਾਲਾ, ਵਾਹਿਗੁਰੂ। ਇੱਕ ਵਾਰੀ ਸਾਰੇ ਬੋਲਿਓ, ਮੇਰਾ ਸਤਿਗੁਰ ਹੈ ਜਗ ਤੋਂ ਨਿਰਾਲਾ, ਮੇਰਾ ਸਤਿਗੁਰ ਹੈ ਜਗ ਤੋਂ ਨਿਰਾਲਾ, ਮੇਰਾ ਸਤਿਗੁਰ ਹੈ ਜਗ ਤੋਂ ਨਿਰਾਲਾ, ਮੇਰਾ ਸਤਿਗੁਰ ਹੈ ਜਗ ਤੋਂ ਨਿਰਾਲਾ। ਉਹ ਨਿਰਾਲਾ ਹੈ ਬੀਬੀ ਤਰਲੋਕਾ ਬਾਈ, ਜੇ ਨਿਰਾਲਾ ਹੈ ਨਾ ਅੱਜ ਵਾਂਗੋ ਨਹੀਂ ਵੀ ਹਰਿਮੰਦਰ ਸਾਹਿਬ ਦੇ ਟੀਵੀ ਤੇ ਦਰਸ਼ਨ ਕਰ ਲਏ, ਅਸੀਂ ਵੀ ਤੇਰੇ ਨਾਲ ਚੱਲਾਂਗੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਤੁਰ ਪਏ। ਸ਼੍ਰੀ ਅਨੰਦਪੁਰ ਸਾਹਿਬ ਬੀਬੀ ਤਰਲੋਕਾ ਬਾਈ 'ਚ ਇੱਕ ਗੁਣ ਸੀ, ਮੈਂ ਦੱਸਣਾ ਭੁੱਲ ਗਿਆ। ਇਹ ਗਾਉਂਦੀ ਬਹੁਤ ਵਧੀਆ ਸੀ, ਇਹਦੀ ਧੁੰਮਾਂ ਬੜੀਆਂ ਸਨ ਅਤੇ ਸਾਧ ਸੰਗਤ ਜਦੋਂ ਇਹਦੀਆਂ ਧੁੰਮਾਂ ਸਰਹੰਦ ਦੇ ਨਵਾਬ ਤੱਕ ਪਹੁੰਚੀਆਂ, ਪਤਾ ਲੱਗਿਆ ਵੀ ਬੀਬੀ ਤਰਲੋਕਾ ਬਾਈ ਆ ਰਹੀ ਹੈ। ਗੌਰ ਕਰਿਓ, ਕਹਿੰਦੇ ਘੇਰਾ ਪਾਉਣਾ ਚਾਰੇ ਪਾਸੇ ਤੋਂ, ਕਿਸੇ ਪਾਸੇ ਤੋਂ ਲੰਘ ਨਾ ਜਾਵੇ, ਇਹਨੂੰ ਖਤਮ ਕਰਨਾ। ਬੀਬੀ ਤਰਲੋਕਾ ਬਾਈ ਸੰਗਤਾਂ ਦੇ ਨਾਲ ਵਾਜਾਂ ਵਾਲੇ ਦੀ ਸਿਫਤ ਕਰਦੀ ਆ ਰਹੀ ਹੈ, ਪੜ੍ਹਦੀ ਆ ਰਹੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਿਓ, ਸਮਾਂ ਛੇਤੀ ਛੇਤੀ ਆਵੇ ਜਦੋਂ ਤੁਹਾਡੇ ਦਰਸ਼ਨ ਕਰੀਏ। ਕਦੀ ਅਸੀਂ ਵੀ ਪੁਕਾਰ ਕਰਿਆ ਕਰੀਏ, ਮਹਾਰਾਜ ਕਿਰਪਾ ਕਰਿਓ। ਬੋਲੋਗੇ ਸਾਰੇ, ਬੋਲੇ ਜਰਾ। ਮਨ ਲੋਚਦਾ ਪ੍ਰੀਤਮਾ ਮੇਰਾ, ਪੜ੍ਹਦੀ ਹੈ ਤੇਰਿਆਂ ਦਿਦਾਰਿਆਂ ਨੂੰ, ਲੋਚਦਾ ਪ੍ਰੀਤਮਾ ਮੇਰਾ ਤੇਰਿਆਂ ਦਿਦਾਰਿਆਂ ਨੂੰ, ਲੋਚਦਾ ਪ੍ਰੀਤਮਾ ਮੇਰਾ ਤੇਰਿਆਂ ਦਿਦਾਰਿਆਂ ਨੂੰ, ਮਨ ਲੋਚਦਾ ਪ੍ਰੀਤਮਾ ਮੇਰਾ ਤੇਰਿਆਂ ਦਿਦਾਰਿਆਂ ਨੂੰ, ਮਨ ਲੋਚਦਾ ਪ੍ਰੀਤਮਾ ਮੇਰਾ ਤੇਰਿਆਂ ਦਿਦਾਰਿਆਂ ਨੂੰ, ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦਾ ਚਾਹ ਹੈ ਉਹ ਜ਼ਰੂਰ ਬੋਲਿਓ, ਜਿਨ੍ਹਾਂ ਦੇ ਅੰਦਰ ਨਹੀਂ ਹੈ ਉਹ ਭਾਵੇਂ ਨਾ ਬੋਲਿਓ। ਭਾਈ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ
ਪੜਿਆ ਜਾਂਦਾ ਦਰਸ਼ਨ ਦੀਜੇ ਖੋਲ ਕਿਰਪਾ ਕਰੋ ਲੋਚਦਾ ਪ੍ਰੀਤ ਮਾਂ ਮੇਰਾ ਤੇਰਿਆਂ ਦੀਦਾਰਿਆਂ ਨੂੰ ਮਨ 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 ਲੋਚਦਾ ਪ੍ਰੀਤ ਮਾਂ ਮੇਰਾ ਤੇਰਿਆਂ ਦੀਦਾਰਿਆਂ ਨੂੰ ਹੁਣ ਕਦੋਂ ਮਿਲੋਗੇ ਜੀ ਕਲ ਯੁਗ ਨੇੜੇ ਆਉਂਦਾ ਜਾਂਦਾ ਕਦੋਂ ਮਿਲੋਗੇ ਜੀ ਕਲ ਯੁਗ ਨੇੜੇ ਆਉਂਦਾ ਜਾਂਦਾ ਜੀ ਕਲ ਯੁਗ ਨੇੜੇ ਆਉਂਦਾ ਜਾਂਦਾ ਹੁਣ ਕਦੋਂ ਮਿਲੋਗੇ ਜੀ ਕਲ ਯੁਗ ਨੇੜੇ ਆਉਂਦਾ ਜਾਂਦਾ ਹੁਣ ਕਦੋਂ ਮਿਲੋਗੇ ਜੀ ਕਲ ਯੁਗ ਨੇੜੇ ਆਉਂਦਾ ਜਾਂਦਾ ਹੁਣ ਕਦੋਂ ਮਿਲੋਗੇ ਜੀ ਕਲ ਯੁਗ ਨੇੜੇ ਆਉਂਦਾ ਜਾਂਦਾ ਜੀ ਨੇੜੇ ਆਉਂਦਾ ਜਾਂਦਾ ਕਲ ਯੁਗ ਨੇੜੇ ਆਉਂਦਾ ਜਾਂਦਾ ਨੇੜੇ ਆਉਂਦਾ ਜਾਂਦਾ ਕਲ ਯੁਗ ਨੇੜੇ ਆਉਂਦਾ ਜਾਂਦਾ ਨੇੜੇ ਆਉਂਦਾ ਜਾਂਦਾ ਨੇੜੇ ਆਉਂਦਾ ਜਾਂਦਾ ਨੇੜੇ ਆਉਂਦਾ ਜਾਂਦਾ ਕਲ ਯੁਗ ਨੇੜੇ ਆਉਂਦਾ ਜਾਂਦਾ ਨੇੜੇ ਆਉਂਦਾ ਜਾਂਦਾ ਕਲ ਯੁਗ ਨੇੜੇ ਆਉਂਦਾ ਜਾਂਦਾ ਨੇੜੇ ਆਉਂਦਾ ਜਾਂਦਾ ਹੁਣ ਕਦੋਂ ਮਿਲੋਗੇ ਜੀ ਉਹ ਕਦੋਂ ਮਿਲੋਗੇ ਜੀ ਕਲ ਯੁਗ ਨੇੜੇ ਆਉਂਦਾ ਜਾਂਦਾ ਕਦੋਂ ਮਿਲੋਗੇ ਜੀ ਕਲ ਯੁਗ ਨੇੜੇ ਆਉਂਦਾ ਜਾਂਦਾ ਕਦੋਂ ਮਿਲੋਗੇ ਜੀ ਕਲ ਯੁਗ ਨੇੜੇ ਆਉਂਦਾ ਜਾਂਦਾ ਹੁਣ ਕਦੋਂ ਮਿਲੋਗੇ ਜੀ ਬੋਲੋ ਹੁਣ ਕਦੋਂ ਮਿਲੋਗੇ ਜੀ ਕਲ ਯੁਗ ਨੇੜੇ ਆਉਂਦਾ ਜਾਂਦਾ ਹੁਣ ਕਦੋਂ ਮਿਲੋਗੇ ਜੀ ਕਲ ਯੁਗ ਨੇੜੇ ਆਉਂਦਾ ਜਾਂਦਾ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਖ ਕਰੇ ਚਾਦਰ ਕੀ ਨਿਆਈ ਬਿਰਖਾ ਨਾ ਉਤਰੈ ਸ਼ਾਂਤ ਨਾਵ ਬਿਨ ਦਰਸ਼ਨ ਸੰਤ ਪਿਆਰੇ ਜੀਓ ਸੱਚੇ ਪਾਤਸ਼ਾਹ ਕਦੋਂ ਦਰਸ਼ਨ ਦੀਦਾਰ ਹੋਣਗੇ ਦੇਖੋ ਗੁਰੂ ਨਾਨਕ ਦੇ ਰਸਤੇ ਤੇ ਚੱਲਦਿਆਂ ਚੱਲਦਿਆਂ ਭੀੜਾਂ ਵੀ ਜ਼ਰੂਰ ਪੈਂਦੀਆਂ ਪ੍ਰਮੋਸ਼ਨ ਉਹਦੀ ਹੁੰਦੀ ਜਿਹਦਾ ਕੋਈ ਪੇਪਰ ਹੋਵੇ ਜਿਹਦਾ ਪੇਪਰ ਹੀ ਨਹੀਂ ਹੋਇਆ ਤੇ ਪ੍ਰਮੋਸ਼ਨ ਕੀ ਹੋਣੀ ਸਾਧ ਸੰਗਤ ਇੱਕ ਬੰਦਾ ਇੱਕ ਪੰਡਿਤ ਨੂੰ ਹੱਥ ਦਿਖਾਉਂਦਾ ਤੇ ਪੰਡਿਤ ਜੀ ਕਹਿੰਦੇ ਤੇਰੇ ਤੇ ਸਾੜ ਸਤੀ ਆ ਗਈ ਕਹਿੰਦਾ ਕੀ ਕਰੀਏ ਕਹਿੰਦੇ ਸੋਨਾ ਦਾਨ ਕਰ ਕਹਿੰਦਾ ਨਹੀਂ ਹੈ ਕਹਿੰਦੇ ਚਾਂਦੀ ਦਾਨ ਕਰ ਕਹਿੰਦੇ ਨਹੀਂ ਹੈ ਕਹਿੰਦੇ ਚੌਲਾਂ ਦੀ ਬੋਰੀ ਦਾਨ ਕਰ ਕਹਿੰਦੇ ਨਹੀਂ ਹੈ ਉਹ ਕਹਿੰਦੇ ਐ ਕਰ ਟਕਾ ਹੀ ਦੇ ਦੇ ਉਹ ਕਹਿੰਦਾ ਮੇਰੇ ਕੋਲ ਟਕਾ ਵੀ ਪੰਡਿਤ ਅੱਗੋਂ ਗੁੱਸੇ ਜਾ ਕੇ ਕਹਿੰਦਾ ਜੇ ਤੇਰੇ ਪੱਲੇ ਟਕਾ ਨਹੀਂ ਹੈ ਤੇ ਸਾੜ ਸਤੀ ਨੇ ਤੇਰਾ ਕੀ ਵਿਗਾੜਨਾ ਸ਼ਨੀ ਨੇ ਤੇਰਾ ਉਹ ਜਿਹਦੇ ਪੱਲੇ ਕੱਖ ਹੋਊਗਾ ਨਾ ਉਹਦੇ ਹੀ ਪੇਪਰ ਬਹਿਣਗੇ ਸਾਧ ਸੰਗਤ ਜਿਹੜਾ ਉੱਠਦਾ ਹੀ ਨੀ ਅੰਮ੍ਰਿਤ ਵੇਲੇ ਜਿਹੜਾ ਕਹਿੰਦੇ ਸੈੱਲ ਚਾਰਜ ਹੁੰਦੇ ਉਹਦੇ ਕਾਹਦੇ ਪੇਪਰ ਪੈਣੇ ਪੇਪਰ ਪਏ ਭਾਈ ਮਨੀ ਸਿੰਘ ਜੀਆਂ ਦੇ ਬੰਦ ਬੰਦ ਕੱਟਿਆ ਗਿਆ ਦੋ ਟੋਕਰਿਆਂ ਵਿੱਚ ਸਰੀਰ ਪੈ ਗਿਆ ਟੁਕੜਿਆਂ ਵਿੱਚੋਂ ਵੀ ਸੁਖਮਨੀ ਸਾਹਿਬ ਦੇ ਆਵਾਜ਼ ਦੀ ਸੁਖਮਨੀ ਸਾਹਿਬ ਦੇ ਨਾਮ ਦੀ ਆਵਾਜ਼ਾਂ ਆ ਰਹੀਆਂ ਸਤਿ ਸ੍ਰੀ ਅਕਾਲ ਸਾਧ ਸੰਗਤ ਮੈਂ ਬੇਨਤੀ ਕਰਾਂਗਾ ਜਕਾਰੇ ਲਾਉਣ ਵਾਲਿਆਂ ਨੂੰ ਸਮਾਂ ਬਹੁਤ ਨੇੜੇ ਹੈ ਮੈਂ ਸਮਾਪਤੀ ਕਰਨੀ ਹੈ ਜਕਾਰੇ ਜਰਾ ਸੰਕੋਚੀਏ ਇੱਕ ਵਾਰੀ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਅਸੀਂ ਗੁਰੂ ਦੀ ਖੁਸ਼ੀਆਂ ਲੈਣੀਆਂ ਤਰੀਕਾ ਦੇਖੋ ਬੀਬੀ ਤਰਲੋਕਾ ਬਾਈ ਰਸਤੇ ਚ ਘੇਰਾ ਪਾ ਲਿਆ ਉਹ ਕਹਿੰਦੇ ਤੁਹਾਡੇ ਚੋਂ ਤਰਲੋਕਾ ਬਾਈ ਕਿਹੜੀ ਹੈ ਕਹਿੰਦੇ ਜੀ ਆ ਕੱਢੋ ਬਾਹਰ ਇਹਨੂੰ ਬੀਬੀ ਤਰਲੋਕਾ ਬਾਈ ਕਹਿੰਦੀ ਮੇਰਾ ਜ਼ੁਲਮ ਕਹਿੰਦੇ ਤੂੰ ਗਾਉਣ ਵਾਲੀ ਆ ਜਿਹੜੇ ਗਾਣੇ ਪਹਿਲੇ ਗਾਉਂਦੀ ਸੀ ਨਾ ਅੱਜ ਵੀ ਉਹ ਗਾਣੇ ਸਾਨੂੰ ਗਾ ਕੇ ਦਿਖਾ ਬੀਬੀ ਕਹਿੰਦੀ ਹੈ ਮੈਂ ਗੁਰੂ ਦੀ ਸਿਫਤ ਵਿੱਚ ਗਾ ਸਕਦੀ ਹਾਂ ਪਰ ਅੱਜ ਤੋਂ ਬਾਅਦ ਝੂਠੇ ਗਾਣੇ ਨਹੀਂ ਗਾਉਣੇ ਸਾਧ ਸੰਗਤ ਬੀਬੀ ਨੇ ਹੱਥ ਜੋੜ ਕੇ ਕਿਹਾ ਮੇਰੇ ਸੰਗ ਨੂੰ ਜਾਣ ਦੋ ਮੇਰੇ ਸਾਥੀਆਂ ਨੂੰ
ਮੇਰੀ ਭਾਵੇਂ ਜਾਨ ਕੱਢ ਲਓ ਪਰ ਉਹਨਾਂ ਨੂੰ ਕੱਖ ਨਾ ਕਿਹੋ, ਮੇਰੀ ਇੱਕ ਖੁਆਇਸ਼ ਮੰਨ ਲਓ। ਮੰਨ ਲਈ ਜੀ ਗੱਲ, ਟੂਕ ਚ ਗੱਲ ਕਰਾਂ, ਬੀਬੀ ਤਰਲੋਕਾ ਬਾਈ ਨੂੰ ਲੈ ਗਏ। ਇਸ ਇਲਾਕੇ ਵਿੱਚ ਦੋ ਮੁਸਲਮਾਨ ਰਹਿੰਦੇ ਸੀ, ਸਾਧ ਸੰਗਤ, ਇੱਕ ਕੈਲੋ ਸ਼ਾਹ ਤੇ ਦੂਸਰਾ ਬੀਬੀ ਮਹਿਤਾਬ, ਦੋ ਰਹਿੰਦੇ ਸੀ। ਇਹ ਆਏ ਗਏ ਸੰਗਾਂ ਦੀ ਨਾ ਸੇਵਾ ਕਰਦੇ ਸੀ। ਅੱਜ ਕੱਲ੍ਹ ਲੰਗਰ ਤੇ ਵੀ ਕਿੰਤੂ ਪਰੰਤੂ ਕਰਦੇ, ਕਹਿੰਦੇ ਇੰਨੇ ਲੰਗਰ ਲਾਉਣ ਦੀ ਕੀ ਲੋੜ। ਸਾਧ ਸੰਗਤ ਕਹਿੰਦੇ ਲੰਗਰਾਂ ਦੀ ਜਗ੍ਹਾ ਕੁਛ ਹੋਰ ਲਾ ਦਿਓ, ਆਹ ਕਰ ਦਿਓ, ਉਹ ਕਰ ਦਿਓ। ਪਰ ਮਾਫ ਕਰਨਾ, ਇੱਕ ਗੁਰੂ ਕਾ ਖਾਲਸਾ, ਖਾਲਸਾ ਏਡ ਦੇਖ ਲਓ, ਜਿੱਥੇ ਬਿਪਤਾ ਪਈ ਖਾਲਸਾ ਪਹੁੰਚਿਆ। ਜਿਹਨੂੰ ਨਹੀਂ ਵੀ ਪਤਾ ਸੀ ਵੀ ਇਹ ਕੌਣ ਹੈ, ਖਾਲਸਾ ਏਡ ਵਾਲਿਆਂ ਨੇ ਅੱਜ ਉਹਨਾਂ ਦਾ ਉਹਨਾਂ ਨੂੰ ਵੀ ਦੱਸ ਦਿੱਤਾ ਵੀ ਅਸੀਂ ਵਾਜਾਂ ਵਾਲੇ ਦੇ ਧੀਆਂ ਪੁੱਤਰ। ਸਾਧ ਸੰਗਤ ਲੰਗਰ ਲਾਉਣਾ ਇਹ ਗੁਰੂ ਸਾਹਿਬ ਨੇ ਸ਼ੁਰੂ ਕੀਤਾ, ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ। ਪਰ ਐਸਿਆਂ ਤੋਂ ਬਚਣਾ। ਅੱਜ ਬੀਬੀ ਤਰਲੋਕਾ ਬਾਈ ਨੂੰ ਲੈ ਗਏ ਭਾਈ ਕੈਲੋ ਸ਼ਾਹ। ਬੀਬੀ ਮਹਿਤਾਬ ਕਹਿੰਦੀ ਹੈ ਵੀ ਤੁਹਾਨੂੰ ਅਸੀਂ ਕਢਾ ਦਈਏ ਇੱਥੋਂ। ਉਹ ਕਹਿੰਦੇ ਜੀ ਮੈਂ ਅਸੀਂ ਨਿਕਲੀਏ ਭਾਵੇਂ ਨਾ ਨਿਕਲੀਏ। ਬੀਬੀ ਤਰਲੋਕਾ ਬਾਈ ਕਹਿੰਦੀ ਹੈ ਪਰ ਮੇਰੀ ਖੁਆਇਸ਼ ਹੈ ਮੈਂ ਜਿਉਂਦਿਆਂ ਜੀ ਇਸ ਗਲੇ ਨਾਲ ਕੇਵਲ ਗੁਰੂ ਦੇ ਗੁਣ ਗਾਵਾਂ। ਐਸੇ ਵੀ ਨੇ ਜਿਹੜੇ ਗੁਰੂ ਦੀ ਸਿਫਤ ਕਰਨਾ ਚਾਹੁੰਦੇ ਨੇ। ਮੈਂ ਮਰ ਭਾਵੇਂ ਜਾਵਾਂ ਪਰ ਇਸ ਰਸਨਾ ਤੋਂ ਕਿਸੇ ਝੂਠੇ ਦੀ ਤਾਰੀਫ ਨਹੀਂ ਕਰਨੀ। ਉਹ ਕਹਿੰਦੇ ਐਂ ਕਰਿਓ ਬੀਬੀ ਜੀ, ਮਰਨਾ ਤੇ ਪਤਾ ਨਹੀਂ ਹੁਣ ਇਹਨਾਂ ਨੇ ਜਿਉਂਦਾ ਤੁਹਾਨੂੰ ਛੱਡਣਾ ਕੇ, ਪਰ ਜਦੋਂ ਤੁਹਾਨੂੰ ਕੋਠੇ ਲੈ ਕੇ ਜਾਣਗੇ ਨਾ, ਕਿਉਂਕਿ ਰਾਤ ਨੂੰ ਉੱਤੇ ਲੈ ਕੇ ਜਾਂਦੇ ਨੇ ਕੋਠੇ ਤੇ ਨਸ਼ਾ ਕਰਦੇ ਫਿਰੇ, ਗਾਉਣ ਵਜਾਉਣ ਵਾਲੇ ਆਉਂਦੇ, ਕਹਿੰਦੇ ਉਸ ਟਾਈਮ ਘੁੱਪ ਹਨੇਰਾ ਹੋਏਗਾ, ਉੱਤੋਂ ਛਾਲ ਮਾਰ ਦਿਓ, ਅਸੀਂ ਥੱਲੋਂ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ। ਸਾਰੇ ਜੱਗ ਦਾ ਹੈ ਉਹ ਰਖਵਾਲਾ, ਮੇਰਾ ਸਤਿਗੁਰ ਜੱਗ ਤੋਂ ਨਿਰਾਲਾ। ਜਦੋਂ ਗੁਰੂ ਵੱਲ ਹੋਵੇ ਨਾ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਛੰਦਾ, ਤੁਦ ਸਭ ਕੁਛ ਮੈਨੂੰ ਜਾਂ ਤੇਰਾ ਬੰਦਾ। ਤੇ ਸਾਧ ਸੰਗਤ ਬੀਬੀ ਤਰਲੋਕਾ ਬਾਈ ਨੂੰ ਰਾਤ ਦੇ ਹਨੇਰੇ ਲੈ ਗਏ ਕੋਠੇ ਤੇ। ਤੇ ਸਾਧ ਸੰਗਤ ਉੱਥੇ ਜਾ ਕੇ ਨਾ, ਤਾਨਪੁਰਾ ਸੀ, ਤਾਨਪੁਰਾ ਫੜਾ ਦਿੱਤਾ, ਬੀਬੀ ਹੁਣ ਗਾ ਕੇ ਸੁਣਾ। ਤੇ ਸਾਧ ਸੰਗਤ ਹੁਣ ਬੀਬੀ ਗਾਉਂਦੀ ਆ, ਕਹਿੰਦੀ ਸੁਣਨਾ ਕੁਛ? ਕਹਿੰਦੇ ਸੁਣਾ, ਕੀ ਸੁਣਾਏਗੀ? ਕਹਿੰਦੇ ਲਓ ਸੁਣੋ ਫਿਰ ਸਾਰੇ। ਬੀਬੀ ਤਰਲੋਕਾ ਬਾਈ ਨੇ ਨਾ, ਇਹ ਪਿਆਰ ਦੀ ਇੱਕ ਕਵਿਤਾ ਹੀ ਆ, ਉਹਦੇ ਭਾਵ ਹੈ, ਉਸ ਵੇਲੇ ਗਾਉਣਾ ਸ਼ੁਰੂ ਕਰ ਦਿੱਤਾ ਗੁਰੂ ਦੇ ਪਿਆਰ ਚ। ਕੀ ਗਾਉਂਦੀ ਹੈ? ਮੇਰੀ ਲੱਗੀ ਗੁਰਾਂ ਦੇ ਨਾਲ ਪ੍ਰੀਤ, ਇਹ ਦੁਨੀਆ ਕੀ ਜਾਣੇ। ਮੇਰੀ ਲੱਗੀ ਗੁਰਾਂ ਦੇ ਨਾਲ ਪ੍ਰੀਤ, ਇਹ ਦੁਨੀਆ ਕੀ ਜਾਣੇ। ਮੇਰੀ ਲੱਗੀ ਗੁਰਾਂ ਦੇ ਨਾਲ ਪ੍ਰੀਤ, ਇਹ ਦੁਨੀਆ ਕੀ ਜਾਣੇ। ਮੇਰੀ ਲੱਗੀ ਗੁਰਾਂ ਦੇ ਨਾਲ ਪ੍ਰੀਤ, ਦੁਨੀਆ ਕੀ ਜਾਣੇ। ਮੇਰੀ ਲੱਗੀ ਗੁਰਾਂ ਦੇ ਨਾਲ ਪ੍ਰੀਤ, ਇਹ ਦੁਨੀਆ। ਮੇਰੀ ਲੱਗੀ ਗੁਰਾਂ ਦੇ ਨਾਲ, ਤੁਹਾਨੂੰ ਕੀ ਪਤਾ ਇਹਦੇ ਵਿੱਚ ਕਿੰਨਾ ਰਸ ਹੈ। ਜਾਗਣ ਵਾਲਿਆਂ ਨੂੰ ਲੋਕੀ ਪਾਗਲ ਕਹਿੰਦੇ, ਪਰ ਕਹਿੰਦੇ ਗੁਰੂ ਦੇ ਪਿਆਰ ਵਿੱਚ ਕੋਈ ਕੋਈ ਜਾਗਦਾ। ਉਹਨਾਂ ਨੂੰ ਕੀ ਪਤਾ ਵੀ ਅੰਮ੍ਰਿਤ ਵੇਲੇ ਉੱਠ ਕੇ ਕੀ ਆਨੰਦ ਆਉਂਦਾ, ਸਰੋਵਰ ਵਿੱਚ ਇਸ਼ਨਾਨ ਕਰਕੇ ਕਿਹੜਾ ਆਨੰਦ ਆਉਂਦਾ। ਕੀ ਜਾਣੇ ਬਈ ਕੀ ਜਾਣੇ, ਕੀ ਜਾਣੇ ਬਈ ਕੀ ਜਾਣੇ, ਕੀ ਜਾਣੇ ਬਈ ਕੀ ਜਾਣੇ, ਲੱਗੀ ਗੁਰਾਂ ਦੇ ਨਾਲ ਪ੍ਰੀਤ, ਮੇਰਾ ਸਤਿਗੁਰ ਮੇਰਾ ਮੀਤ, ਇਹ ਦੁਨੀਆ ਕੀ ਜਾਣੇ। ਸਤਿਗੁਰ ਮੇਰਾ ਮੀਤ, ਇਹ ਦੁਨੀਆ ਕੀ ਜਾਣੇ। ਮੇਰਾ ਸਤਿਗੁਰ ਮੇਰਾ ਮੀਤ, ਇਹ ਦੁਨੀਆ ਕੀ ਜਾਣੇ। ਮੇਰਾ ਸਤਿਗੁਰ ਮੇਰਾ ਮੀਤ, ਇਹ ਦੁਨੀਆ ਕੀ ਜਾਣੇ। ਸਤਿਗੁਰ ਮੇਰਾ ਮੀਤ, ਇਹ ਦੁਨੀਆ ਕੀ ਜਾਣੇ। ਮੇਰਾ ਸਤਿਗੁਰ ਮੇਰਾ ਮੀਤ, ਤੁਹਾਡਾ ਮੀਤ ਹੈ ਨਾ ਵਾਜਾਂ ਵਾਲਾ। ਬਾਬਾ ਨਾਨਕ ਫਿਰ ਬੋਲਿਓ, ਇੱਕ ਵਾਰੀ ਸਟੇਜ ਵਾਲੇ ਬੋਲਣਗੇ, ਫਿਰ ਸਾਰੇ ਸਾਜ ਬੰਦ ਕਰ ਦਿਓ। ਜਦੋਂ ਸਟੇਜ ਵਾਲੇ ਬੋਲਣ ਨਾ, ਸਾਰੇ ਸਾਜ ਇੱਕ ਵਾਰੀ ਬੋਲ ਕੇ ਬੰਦ ਕਰ ਦਿਓ, ਫਿਰ ਸੰਗਤ ਤੋਂ ਸੁਣਨਾ।
ਮੇਰੀ ਲੱਗੀ ਗੁਰਾਂ ਦੇ ਨਾਲ ਪ੍ਰੀਤ ਇਹ ਦੁਨੀਆ ਕੀ ਜਾਣ ਬੋਲੋ ਮੇਰੀ ਲੱਗੀ ਮੇਰਾ ਸਤਿਗੁਰ ਮੇਰਾ ਮੀਤ ਇਹ ਦੁਨੀਆ ਕੀ ਜਾਣੇ ਮੇਰਾ ਸਤਿਗੁਰ ਕੀ ਜਾਣੇ ਬਈ ਕੀ ਜਾਣੇ ਕੀ ਜਾਣੇ ਬਈ ਕੀ ਜਾਣੇ ਮੇਰੀ ਲੱਗੀ ਲੱਗੀ ਗੁਰਾਂ ਦੇ ਨਾਲ ਪ੍ਰੀਤ ਇਹ ਦੁਨੀਆ ਕੀ ਜਾਣੇ ਲੱਗੀ ਗੁਰਾਂ ਦੇ ਨਾਲ ਪ੍ਰੀਤ ਇਹ ਦੁਨੀਆ ਕੀ ਜਾਣੇ ਮੇਰੀ ਲੱਗੀ ਗੁਰਾਂ ਦੇ ਨਾਲ ਪ੍ਰੀਤ ਦੁਨੀਆ ਕੀ ਜਾਣੇ ਮੇਰੀ ਲੱਗੀ ਗੁਰਾਂ ਦੇ ਨਾਲ ਪ੍ਰੀਤ ਇਹ ਦੁਨੀਆ ਕੀ ਜਾਣੇ ਮੇਰੀ ਲੱਗੀ ਗੁਰਾਂ ਦੇ ਨਾਲ ਪ੍ਰੀਤ ਇਹ ਦੁਨੀਆ ਮੇਰੀ ਲੱਗੀ ਗੁਰਾਂ ਦੇ ਨਾਲ ਪ੍ਰੀਤ ਮੇਰੀ ਲੱਗੀ ਗੁਰਾਂ ਦੇ ਨਾਲ ਪ੍ਰੀਤ ਇਹ ਦੁਨੀਆ ਕੀ ਜਾਣੇ ਮੇਰਾ ਸਤਿਗੁਰ ਮੇਰਾ ਮੀਤ ਇਹ ਦੁਨੀਆ ਜਾਣੇ ਪਿਆਰਿਓ ਆ ਬਾਂ ਉੱਚੀ ਕਰਕੇ ਕਹਿ ਦਿਓ ਵਾਜਾਂ ਵਾਲਿਆ ਸੀ ਤੇਰੇ ਆ ਕਹਿ ਕੇ ਦੇਖਿਓ ਵਾਜਾਂ ਵਾਲਾ ਕਹਿੰਦਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਇੱਥੇ ਵੀ ਤੇਰੀ ਸਹਾਇਤਾ ਕਰਾਂਗਾ ਇੱਕ ਵਾਰੀ ਬਾਂ ਖੜੀ ਕਰਕੇ ਕਹਿ ਦੇ ਵਾਜਾਂ ਵਾਲਿਆ ਮੈਂ ਤੇਰਾ ਸਾਧ ਸੰਗਤ ਅਸੀਂ ਗੁਰੂ ਦੇ ਹਾਂ ਗੁਰੂ ਦੇ ਬਣ ਕੇ ਦੇਖੋ ਜਿੱਥੇ ਮਰਜ਼ੀ ਚਲੇ ਜਾਇਓ ਇੱਕ ਰਾਜੇ ਦੇ ਔਲਾਦ ਨਾ ਹੋਈ ਕਿਸੇ ਨੇ ਕਿਹਾ ਜੇ ਕੋਈ ਕਿਸੇ ਬੱਚੇ ਦੀ ਬਲੀ ਦੇਗਾ ਨਾ ਤੇ ਤਾਂ ਔਲਾਦ ਹੋਏਗੀ ਤੇ ਇੱਕ ਪਰਿਵਾਰ ਵਿੱਚ ਇੱਕ ਮਸਤਾਨਾ ਸੀ ਬੱਚਾ ਦੂਸਰਾ ਬੜਾ ਸਮਝਦਾਰ ਕਹਿੰਦੇ ਮਸਤਾਨੇ ਨੂੰ ਮਾਰ ਦਿਓ ਧਿਆਨ ਦਿਓ ਜਰਾ ਮਾਂ ਪਿਓ ਨੇ ਮਸਤਾਨਾ ਬੱਚਾ ਰਾਜੇ ਨੂੰ ਭੇਟਾ ਲੈ ਬਈ ਹੁਣ ਇਹਦੀ ਬਲੀ ਲੈ ਲੈ ਜਦੋਂ ਨਾ ਕਹਿੰਦੇ ਰਾਜਾ ਉਹਦੀ ਬਲੀ ਲੈਣ ਲੱਗਿਆ ਨਾ ਉਹ ਕਹਿੰਦਾ ਤੇਰੀ ਖੁਆਇਸ਼ ਕੀ ਹੈ ਉਹ ਬੱਚਾ ਅੱਗੋਂ ਕਹਿੰਦਾ ਆ ਕਹਿੰਦਾ ਮੇਰੀ ਖੁਆਇਸ਼ ਹੈ ਮੈਨੂੰ 5 ਮਿੰਟ ਦਿੱਤੇ ਜਾਣ ਲਓ ਜੀ 5 ਮਿੰਟ ਦੇ ਦਿੱਤੇ ਬੱਚੇ ਨੇ ਇੱਕ ਢੇਰੀ ਬਣਾਈ ਦੂਜੀ ਬਣਾਈ ਤੀਜੀ ਬਣਾਈ ਚੌਥੀ ਬਣਾਈ ਪਹਿਲੀ ਢੇਰੀ ਢਾਹਤੀ ਦੂਜੀ ਢਾਹਤੀ ਤੀਜੀ ਢਾਹਤੀ ਚੌਥੀ ਨੂੰ ਮੱਥਾ ਟੇਕ ਦਿੱਤਾ ਕਹਿੰਦਾ ਮਰਨ ਲਈ ਤਿਆਰ ਆ ਕਹਿੰਦੇ ਆਹ ਕੀ ਗੱਲ ਬਣੀ ਜਦੋਂ ਆਹ ਗੱਲ ਕਹੀ ਨਾ ਉਹ ਕਹਿੰਦਾ ਪਹਿਲੀ ਢੇਰੀ ਸੀ ਮਾਂ ਤੇ ਪਿਓ ਦੀ ਜਦੋਂ ਉਹਨਾਂ ਨੇ ਮੈਨੂੰ ਨੀ ਰੱਖਿਆ ਫਿਰ ਉਹਨਾਂ ਤੇ ਕਾਹਦੀ ਆਸ ਕਹਿੰਦੇ ਦੂਜੀ ਸੀ ਰਾਜੇ ਦੀ ਜਿਹੜਾ ਰਾਜਾ ਨਿਆਂ ਨੀ ਕਰਦਾ ਉਹਦੇ ਤੇ ਵੀ ਕੋਈ ਆਸ ਕਹਿੰਦੇ ਤੀਜੀ ਸੀ ਆ ਲੋਕਾਂ ਦੀ ਪ੍ਰਜਾ ਦੀ ਆ ਤੇ ਨਿਆਂ ਕਰਦੀ ਹੈ ਨਾ ਪ੍ਰਜਾ ਇਹਨਾਂ ਨੇ ਵੀ ਨੀ ਕੀਤਾ ਕਹਿੰਦੇ ਫਿਰ ਚੌਥੀ ਨੂੰ ਮੱਥਾ ਕਿਉਂ ਟੇਕਿਆ ਕਹਿੰਦੇ ਮਾਲਕਾ ਬਸ ਹੁਣ ਤੇਰੇ ਤੇ ਹੀ ਆਸਾਂ ਹੁਣ ਮੇਰਾ ਹੋਰ ਕੋਈ ਨਹੀਂ ਹੈ ਰਾਜੇ ਨੇ ਫਿਰ ਕਹਿ ਦਿੱਤਾ ਕਹਿੰਦਾ ਜਿਹੜਾ ਇੰਨਾ ਸਿਆਣਾ ਹੈ ਨਾ ਅੱਜ ਤੋਂ ਬਾਅਦ ਉਹਨੂੰ ਰਾਜ ਗੱਦੀ ਦਾ ਮਾਲਕ ਹੀ ਬਣਾ ਦਿਓ ਸਾਧ ਸੰਗਤ ਗੁਰੂ ਦੇ ਉੱਤੇ ਆਸ ਰੱਖ ਕੇ ਦੇਖੋ ਬਾਬਾ ਆਨੰਦ ਸਿੰਘ ਜੀ ਕਹਿੰਦੇ ਤੂੰ ਨਿਤਨੇਮ ਕਰਕੇ ਕੰਮ ਤੇ ਜਾਇਆ ਕਰ ਕੰਮ ਤੇ ਬਾਅਦ ਚ ਪਹੁੰਚੇਗਾ ਬਾਬਾ ਨਾਨਕ ਤੇਰੇ ਕੰਮਾਂ ਤੇ ਪਹਿਲਾਂ ਹੀ ਪਹੁੰਚ ਜਾਇਆ ਕਰੇ ਪਰ ਜਾ ਕੇ ਤਾਂ ਦੇਖੋ ਬੀਬੀ ਤਰਲੋਕਾ ਬਾਈ ਉਹ ਜਦੋਂ ਗਾਂਧੀ ਆ ਉਹਦਾ ਤਾਨਪੁਰਾ ਫੜ ਲਿਆ ਕਹਿੰਦੇ ਗੀਤ ਗਾ ਧੱਕਾ ਕੀਤਾ ਤਾਨਪੁਰਾ ਹੀ ਮਾਰ ਦਿੱਤਾ ਕਹਿੰਦੀ ਮੈਂ ਨੀ ਗਾਣਾ ਰਾਤ ਦਾ ਹਨੇਰਾ ਸੀ ਛਾਲ ਮਾਰ ਦਿੱਤੀ ਥੱਲੇ ਭਾਈ ਮੈਂ ਭਾਈ ਕਹਿਲੋ ਸ਼ਾਹ ਬੀਬੀ ਮਹਿਤਾਬ ਕੋਸ਼ਿਸ਼ ਕੀਤੀ ਬਚਾਉਣ ਦੀ ਚਾਦਰ ਸੀ ਥੱਲੇ ਲਈ ਤੇ ਸਾਧ ਸੰਗਤ ਫੇਰ ਵੀ ਛਾਲ ਵੱਜਦਿਆਂ ਸਿਰ ਧਰਤੀ ਨਾਲ ਲੱਗ ਗਿਆ ਖੂਨ ਵਗਣਾ ਸ਼ੁਰੂ ਹੋ ਗਿਆ ਭੱਜੇ ਜਾ ਰਹੇ ਨੇ ਬੀਬੀ ਤਰਲੋਕਾ ਬਾਈ ਇੱਕ ਵਾਰੀ ਦੋਵੇਂ ਹੱਥ ਜੋੜ ਕੇ ਕਹਿ ਦਿਓ ਬੀਬੀ ਉਹ ਬੀਬੀ ਵੀ ਧੰਨ ਹੈ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੋਵੇਂ ਹੱਥ ਜੋੜ ਕੇ ਆਖੋ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਮਾਤਾ ਸੁੰਦਰ ਕੌਰ ਜੀ ਧੰਨ ਧੰਨ ਮਾਤਾ ਸੁੰਦਰ ਕੌਰ ਖਾਲਸੇ ਦੀ ਮਾਂ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਦੋਵੇਂ ਹੱਥ ਜੋੜ ਕੇ ਕਹਿ ਦਿਓ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਕਿਆ ਬਾਤ ਹੈ ਸਾਧ ਸੰਗਤ ਜਦੋਂ ਤੁਰੇ ਜਾ ਰਹੇ ਬੀਬੀ ਬੇਹੋਸ਼ੀ ਦੇ ਆਲਮ ਵਿੱਚ ਫਿਰ ਵੀ ਬੋਲ ਰਹੀ ਹੈ ਮੈਨੂੰ ਕੋਈ ਮੇਰਾ ਗੁਰੂ ਮਿਲਾ ਦਿਓ ਮੈਨੂੰ ਕੋਈ ਮੇਰਾ ਪਿਆਰਾ ਮਿਲਾ ਦਿਓ ਤੇ ਸਾਧ ਸੰਗਤ ਉਸ ਵੇਲੇ ਪੜ੍ਹਦੇ ਜਾ ਰਹੇ ਨੇ ਤੁਸੀਂ ਬੋਲਿਓ ਸਾਰੇ ਜਰਾ ਬੀਬੀ ਮਹਿਤਾਬ ਭਾਈ ਕਹਿਲੋ ਸ਼ਾਹ ਚੁੱਕਿਆ ਹੋਇਆ ਬੀਬੀ ਤਰਲੋਕਾ ਬਾਈ
सिर चो खून वग रहा है फिर भी पढ़ती जा रही है। ऐसे गुरु को बल बल जाइए आप मुकत मोह पारे। ऐसे गुरु को बल बल जाइए आप मुकत मोह पारे। ऐसे गुरु को बल बल जाइए आप मुकत मोह पारे। ऐसे गुरु को बल बल जाइए आप मुकत मोह पारे। ऐसे गुरु को बल बल जाइए आप मुकत मोह पारे। हाँ ऐसे गुरु को बल बल जाइए आप मुकत मोह सच्चे पाशा तुसी आप मुख तो सानू भी तार दियो। नारायण नरपत नमस्कार। नारायण नरपत नमस्कार। नारायण नरपत नमस्कार। नारायण नरपत नमस्कार। ऐसे गुरु को बल बल जाइए आप मुकत मोह पारे। ऐसे गुरु को बल बल जाइए आप मुकत मोह पारे। बोलो ऐसे गुरु को बल बल जाइए आप मुकत मोह पारे। हो आप मुकत मोह पारे। हो आप मुकत मोह पारे। वाहे गुरु। एक बारी सारे बोले ऐसे गुरु को बल बल जाइए आप मुकत मोह तारे। बोलो ऐसे गुरु को बल बल जाइए आप मुकत मोह तारे। साज रोक दे बोलो ऐसे गुरु को बल बल जाइए आप मुकत मोह तारे। बोलो ऐसे गुरु को बल बल जाइए आप मुकत मोह तारे। नारायण नरपत नमस्कारे। ऐसे गुर को बल बल जाइए। कमी साडे च होवे उंगल गुरु वाल ना करियो। असी अमृत नहीं छकते गुरु वाले नहीं बनते। कहिंदे गुरु साडी सुनदा नहीं तू सुनदा। कल नू अमृत संचार होना। जिन्हां ने अमृत नहीं छकिया खंडे बाटे दा अमृत छक के गुरु के जहाजे चढ़ो। रहनी रहे सोई सिख मेरा। बोलो रहनी रहे सोई सिख मेरा। अगली गल बड़ी वड्डी है। ओ साहेब उसका चेहरा रहत बिना ना सिख कहावे। रहत बिना दर चोटा खावे। प्रेम है बीबी तरलोका बाई को। प्यारे ओ रहत तो बिना सिख नहीं है। रहत बहुत जरूरी है। मैं कई बारी सोचता हुन्ना भी सच्चे पाशाह सानू भी कृपा करो जिमें अपने सिखा नो ऐसा जीवन दिता। इक्की इक्की जपजी साहब दे पाठ करके फिर भोजन छक दे। बाबा दीप सिंह जी 101 पाठ जपजी साहब का करके फिर कुछ अन्न छक दे सी। मैं भी कहना मैं गुरु का सिख हाँ। तो सतगुरु जी की कहंदे कहंदे ने सिख गुरु का होए कै जपजी कंठ ना कीन। जे बाहां खड़िया कराइए ना भाई किनू किनू जपजी साहब जबानी याद है बहुते फेल हो जाएंगे। सिख गुरु का होए कै जपजी कंठ ना तंदुल बिन तुक काम ते तैसे सिख को चीन। जिमें चौलां दा दाना दाने तो बिना फक है। याद रखियो जिदे कोल जपजी साहब दा पाठ नहीं वह केवल एक फक दी न्याई है। खोखल ही है पल्ले कख भी जपजी साहब ना प्यार करो। मैं पुछना चाहना लाइव जाता है
ਕਿੰਨੇ ਕਿੰਨੇ ਜਿਹੜੇ ਚਾਹੁੰਦੇ ਤੁਹਾਡੇ ਘਰ ਗੁਰੂ ਨਾਨਕ ਸਾਹਿਬ ਆਉਣ, ਬਾਹਾਂ ਖੜੀਆਂ ਕਰਿਓ ਜਰਾ। ਮੈਂ ਕਵਿਤਾ ਨਹੀਂ ਲਾ ਰਿਹਾ, ਆਹ ਦੇਖੋ ਕਿੰਨੇ ਨੇ। ਜੇ ਚਾਹੁੰਦੇ ਹੋ ਗੁਰੂ ਨਾਨਕ ਸਾਹਿਬ ਆਉਣ ਨਾ, ਆਪਣੇ ਘਰ 'ਚ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿਓ। ਚੇਤੇ ਰੱਖਿਓ, ਜਿਸ ਘਰ 'ਚ ਜਪਜੀ ਸਾਹਿਬ ਹੈ ਨਾ, ਉਸ ਘਰ ਵਿੱਚ ਗੁਰੂ ਨਾਨਕ ਆਪ ਵਸਦਾ। ਮੈਂ ਕੇਵਲ ਇੱਕ ਗੱਲ ਕਹਿ ਕੇ ਸਮਾਪਤੀ ਕਰਾਂਗਾ। ਅੱਗੇ ਕੀ ਹੋਇਆ, ਸਾਖੀਆਂ 'ਚੋਂ ਜੀਵਨ ਮਿਲਦਾ ਵੀ ਉਹ ਤਰ ਗਏ, ਅਸੀਂ ਨਹੀਂ ਤਰ ਸਕਦੇ, ਪਰ ਉਹੋ ਜਿਹਾ ਪ੍ਰੇਮ ਵੀ ਹੋਣਾ ਚਾਹੀਦਾ। ਗੁਰੂ ਆਉਂਦਾ ਹੈ ਸੰਘਾਸਨ ਛੱਡ ਕੇ, ਪਰ ਉਹੋ ਜਿਹਾ ਪਿਆਰ ਵੀ ਹੋਣਾ। ਜਿਉਂ ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਨਾ ਕੋ, ਉਹ ਦਿਓਰਾ ਵੀ ਫੇਰ ਦਿੰਦਾ, ਪਰ ਪਿਆਰ ਹੋਣਾ ਚਾਹੀਦਾ। ਗੁਰੂ ਆਪਣੇ ਸਿੱਖ ਦੀ ਲਾਜ ਰੱਖਦਾ। ਬੀਬੀ ਬੀਬੀ ਤਰਲੋਕਾ ਬਾਈ ਇੱਕ ਜਗ੍ਹਾ ਪੜਾ ਕੀਤਾ, ਲੱਕੜਾਂ ਵਾਲੀਆਂ ਅੱਗ ਦਾ ਨਿੱਘ ਦਿੱਤਾ। ਬੀਬੀ ਨੂੰ ਹੋਸ਼ ਆਈ, ਕੁਛ ਪ੍ਰਸ਼ਾਦਾ ਲੈ ਕੇ ਆਏ। ਬੀਬੀ ਕਹਿੰਦੀ ਮੈਂ ਨਹੀਂ ਛਕਣਾ, ਪਹਿਲਾਂ ਭੋਗ ਮੇਰੇ ਗੁਰੂ ਨੂੰ ਲੱਗੇਗਾ। ਅੱਜ ਕਹਿੰਦੇ ਜੀ ਮਹਾਰਾਜ ਪ੍ਰਸ਼ਾਦ ਪ੍ਰਵਾਨ ਕਰਿਓ, ਅਰਦਾਸ ਇਹ ਨਹੀਂ ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਭੋਗ ਹਰ ਰਾਏ, ਸੱਚੀ ਗੱਲ ਹੈ ਜੀ। ਗੁਰੂ ਭੋਗ ਲਾਉਂਦਾ ਹੈ, ਪਰ ਭਾਵਨਾ ਹੋਣੀ ਚਾਹੀਦੀ ਹੈ। ਕਹਿੰਦੇ ਜਿਹੜਾ ਜ਼ਰੀਆ ਕਹਿ ਦਿੱਤਾ, ਜਿਹਨੇ ਕਹਿ ਦਿੱਤਾ ਗਿਆਨ ਗੁਰੂ, ਗਿਆਨ ਗੁਰੂ, ਗਿਆਨ ਅਖਬਾਰ 'ਚੋਂ ਮਿਲਦਾ ਹੈ, ਗਿਆਨ ਮੋਬਾਈਲ 'ਚੋਂ ਮਿਲਦਾ ਹੈ, ਗਿਆਨ ਟੈਬ 'ਚੋਂ ਮਿਲਦਾ, ਉਹਨੂੰ ਗੁਰੂ ਕਹਿ ਨਹੀਂ ਸਕਦੇ। ਪਰ ਗੁਰੂ ਕੇਵਲ ਗਿਆਨ ਨਹੀਂ ਆ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਮੈਂ ਗੱਲ ਵਧਾਵਾਂ ਨਾ ਲਟਕਾਵਾਂ ਨਾ। ਕਹਿੰਦੀ ਮੈਂ ਉਨੀ ਦੇਰ ਤੱਕ ਪ੍ਰਸ਼ਾਦਾ ਨਹੀਂ ਛਕਣਾ ਜਿੰਨੀ ਦੇਰ ਤੱਕ ਵਾਜਾਂ ਵਾਲੇ ਸਤਿਗੁਰ ਨਹੀਂ ਆਉਂਦੇ। ਬੀਬਾ ਇੱਥੇ ਕਿਹੜਾ ਗੁਰੂ ਆਏਗਾ, ਇੱਥੇ ਕਿੰਨੇ ਆਉਣਾ। ਬੀਬੀ ਤੋਂ ਲੋਕਾ ਬਾਈ ਕਹਿੰਦੀ ਗੁਰੂ ਆਏਗਾ, ਮੇਰੀ ਸ਼ਰਧਾ ਮੇਰਾ ਸਤਿਗੁਰ ਆਏਗਾ। ਦਿਲ ਵੱਡਾ ਕਰੋ। ਬਾਬਾ ਨਾਨਕ ਜੀ ਦਾ 550 ਸਾਲਾ, ਇੱਕ ਸ਼ਹਿਰ ਨਗਰ ਵਿੱਚ ਜਾਂਦੇ ਸਭ ਨੇ ਧੱਕੇ ਮਾਰੇ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ ਵਿਚਾਰਾ ਵੀ ਕਹਿ ਦਿੱਤਾ। ਅੱਗੇ ਜਾ ਕੇ ਇੱਕ ਫਕੀਰ ਮਿਲ ਗਿਆ, ਉਹਨੇ ਬੜਾ ਸਤਿਕਾਰ ਦਿੱਤਾ, ਆਓ ਜੀ ਬੈਠੋ ਜੀ, ਪ੍ਰਸ਼ਾਦਾ ਰੁੱਖਾਂ ਮਿੱਸਾ ਦਿੱਤਾ ਜਿੰਨਾ ਘਰ ਵਿੱਚ ਹੈਗਾ ਸੀ। ਜਦੋਂ ਸਵੇਰ ਹੋਈ ਨਾ, ਕਹਿੰਦੇ ਬਾਬਾ ਨਾਨਕ ਜੀ ਜਾਣ ਲੱਗੇ ਤੇ ਮਰਦਾਨੇ ਨੂੰ ਕਹਿੰਦੇ ਭਾਂਡੇ ਭੰਨ ਦੇ। ਕਹਿੰਦੇ ਬਾਬਾ ਜੀ ਜਿਨ੍ਹਾਂ ਨੇ ਭੂਤਨਾ ਆਖਿਆ, ਜਿਨ੍ਹਾਂ ਨੇ ਬਤਾਲਾ ਆਖਿਆ, ਉਹਨਾਂ ਦੇ ਭਾਂਡੇ ਤਾਂ ਤੁਸੀਂ ਭੰਨੇ ਨਹੀਂ। ਬਾਬਾ ਜੀ ਕਹਿੰਦੇ ਬਚਨ ਮੰਨ, ਭਾਂਡੇ ਭੰਨ ਦੇ। ਭਾਂਡੇ ਭੰਨ ਦਿੱਤੇ, ਬੱਲੀ ਨੂੰ ਲੱਤ ਮਾਰ, ਆ ਝੁੱਗੀ ਢਾ ਦੇ, ਢਾ ਦਿੱਤੀ। ਉਹ ਗਰੀਬ ਬੰਦਾ ਅੱਗੇ ਆ ਕੇ ਕਹਿੰਦਾ ਬਾਬਾ ਜੀ ਇਹ ਦੱਸੋ, ਮੇਰੀ ਤਾਂ ਝੁੱਗੀ ਸੀ, ਮੇਰੇ ਬੱਲੇ ਕੀ, ਤੁਸੀਂ ਆ ਝੁੱਗੀ ਕਿਉਂ ਢਾਈ, ਆ ਬਰਤਨ ਕਿਉਂ ਭੰਨੇ। ਬਾਬਾ ਨਾਨਕ ਜੀ ਕਹਿੰਦੇ ਉਹ ਸ਼ਹਿਰ ਦੇ ਲੋਕ, ਉਹਨਾਂ ਦੇ ਘਰ ਬੜੇ ਵੱਡੇ ਵੱਡੇ ਨੇ ਤੇ ਦਿਲ ਬੜਾ ਛੋਟਾ ਆ। ਉਹ ਕਹਿੰਦੇ ਤੇਰਾ ਦਿਲ ਬੜਾ ਵੱਡਾ, ਮੈਂ ਅਰਦਾਸ ਕੀਤੀ ਸੱਚੇ ਪਾਤਸ਼ਾਹ, ਜਿੰਨਾ ਵੱਡਾ ਇਹਨੂੰ ਦਿਲ ਦਾ ਵਿਹੜਾ ਦਿੱਤਾ, ਇਹਦੇ ਘਰ ਦਾ ਵਿਹੜਾ ਵੀ ਉੱਡਾ ਵੱਡਾ ਕਰ ਦੇ। ਸਾਧ ਸੰਗਤ ਸੱਚੀ ਗੱਲ ਹੈ ਨਾ, ਦਿਲ ਦਾ ਵਿਹੜਾ ਵੱਡਾ ਕਰੋ। ਗੁਰੂ ਦੇ ਵਾਸਤੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ, ਜਾਨ ਵੀ ਦੇਣੀ ਪੈ ਜਾਵੇ। ਬੀਬੀ ਤਰਲੋਕਾ ਬਾਈ ਕਹਿੰਦੀ ਮੈਂ ਨਹੀਂ ਛਕਣਾ, ਮੇਰਾ ਗੁਰੂ ਆਏਗਾ, ਮੈਂ ਤਾਂ ਛਕਾਂਗੀ। ਉਹ ਕਹਿੰਦੇ ਗੁਰੂ ਨੇ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ। ਤੇ ਉਸ ਵੇਲੇ ਨਾ ਬੀਬੀ ਤਰਲੋਕਾ ਬਾਈ ਕਹਿੰਦੀ ਤੁਹਾਡਾ ਵਹਿਮ ਹੈ, ਪਰ ਮੈਂ ਆਪਣੇ ਦਿਲ ਦੀ ਗੱਲ ਦੱਸਾਂ। ਜਿਹੜਾ ਪਾਣੀ ਵਿੱਚ ਪੱਥਰਾਂ ਨੂੰ ਤਾਰਦਾ, ਉਹ ਤੈਨੂੰ ਕਿਉਂ ਨਾ ਤਾਰੂ ਬੰਦਿਆ। ਪਾਣੀ ਵਿੱਚ ਪੱਥਰਾਂ ਨੂੰ ਤਾਰਦਾ, ਤੈਨੂੰ ਕਿਉਂ ਨਾ ਤਾਰੂ ਬੰਦਿਆ। ਪਾਣੀ ਵਿੱਚ ਪੱਥਰਾਂ ਨੂੰ ਤਾਰਦਾ, ਤੈਨੂੰ ਕਿਉਂ ਨਾ ਤਾਰੂ ਬੰਦਿਆ। ਜਿਹੜਾ ਪਾਣੀ ਵਿੱਚ ਪੱਥਰਾਂ ਨੂੰ ਤਾਰਦਾ, ਤੈਨੂੰ ਕਿਉਂ ਨਾ ਤਾਰੂ ਬੰਦਿਆ। ਜਿਹੜਾ ਪਾਣੀ ਵਿੱਚ ਪੱਥਰਾਂ ਨੂੰ ਬੋਲੋ ਭਾਈ, ਤੈਨੂੰ ਕਿਉਂ ਨਾ ਤਾਰੂ ਬੰਦਿਆ। ਕਰਕੇ ਭਰੋਸਾ ਉਹਦਾ ਨ
ਨਾਮ ਧਿਆਲੇ ਤੋਂ ਕਰਕੇ ਭਰੋਸਾ ਆਉਂਦਾ ਨਾਮ ਧਿਆਲੇ ਤੋਂ ਕਰਕੇ ਭਰੋਸਾ ਆਉਂਦਾ ਨਾਮ ਧਿਆਲੇ ਤੋਂ ਕਰਕੇ ਗੁਰਾਂ ਦੀ ਸੇਵਾ ਵਿਗੜੀ ਬਣਾ ਲੈ ਤੋਂ ਕਰਕੇ ਗੁਰਾਂ ਦੀ ਸੇਵਾ ਵਿਗੜੀ ਬਣਾ ਲੈ ਤੋਂ ਕਰਕੇ ਗੁਰਾਂ ਦੀ ਸੇਵਾ ਵਿਗੜੀ ਬਣਾ ਲੈ ਤੂੰ ਜਿਹੜਾ ਦੁਨੀਆ ਦੇ ਕਾਰਜ ਸਵਾਰਦਾ ਤੇਰੇ ਵੀ ਸਵਾਰੂ ਬੰਦੇ ਆ ਜਿਹੜਾ ਪਾਣੀ ਵਿੱਚ ਪੱਥਰਾਂ ਨੂੰ ਤਾਰਦਾ ਤੈਨੂੰ ਕਿਉਂ ਨਾ ਤਾਰੂ ਬੰਦੇ ਪਾਣੀ ਵਿੱਚ ਪੱਥਰਾਂ ਨੂੰ ਤਾਰਦਾ ਤੈਨੂੰ ਕਿਉਂ ਨਾ ਤਾਰੂ ਬੰਦੇ ਪਾਣੀ ਵਿੱਚ ਪੱਥਰਾਂ ਨੂੰ ਤਾਰਦਾ ਤੈਨੂੰ ਕਿਉਂ ਨਾ ਤਾਰੂ ਬੰਦੇ ਪਾਣੀ ਵਿੱਚ ਪੱਥਰਾਂ ਨੂੰ ਤਾਰਦਾ ਤੈਨੂੰ ਕਿਉਂ ਨਾ ਤਾਰੂ ਬੰਦੇ ਪਾਣੀ ਵਿੱਚ ਵਾਹਿਗੁਰੂ ਆਖੋ ਸਾਰੇ ਸਤਨਾਮ ਵਾਹਿਗੁਰੂ ਪ੍ਰਸ਼ਾਦਾ ਰੱਖ ਲਿਆ ਹੱਥ ਤੇ ਕਿ ਆਵਾਜ਼ਾਂ ਵਾਲਿਆ ਦਰਸ਼ਨ ਦਿਓ ਦਰਸ਼ਨ ਦਿਓ ਦਰਸ਼ਨ ਦਿਓ ਇੱਧਰ ਆਨੰਦਪੁਰ ਸਾਹਿਬ ਅੰਮ੍ਰਿਤ ਵੇਲਾ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਮੇਰਾ ਨੀਲਾ ਤਿਆਰ ਕਰੋ ਘੋੜੇ ਦਾ ਰੰਗ ਨੀਲਾ ਨਹੀਂ ਸੀ ਨਾਮ ਨੀਲਾ ਸੀ ਕਹਿੰਦੇ ਤਿਆਰਾ ਤਿਆਰਾ ਕਰੋ ਜਾਣਾ ਆ ਮਹਾਰਾਜ ਜੋੜਾ ਉਹ ਜੋੜੇ ਵਾਲਾ ਵੀ ਕੱਲ ਸੁਣਿਆ ਨਾ ਨਾਮ ਸਿੱਖ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋੜੇ ਸਾਂਭਦਾ ਸੀ ਕੀ ਨਾਮ ਸੀ ਚੇਤੇ ਕਰੋ ਭਾਈ ਜੱਗਾ ਸਿੰਘ ਜੀ ਕੀ ਨਾਮ ਸੀ ਭਾਈ ਉਹ ਜਿਹੜੇ ਜਿਹੜਾ ਜੋੜੇ ਸਾਂਭਦਾ ਉਹ ਵੀ ਪਿੱਛੇ ਪਿੱਛੇ ਮਹਾਰਾਜ ਜੋੜੇ ਤੇ ਪਾ ਲਓ ਉਹ ਕਹਿੰਦੇ ਬਸ ਹੁਣ ਦੇਰ ਨਾ ਹੋ ਜੇ ਦੇਰ ਨਾ ਹੋ ਜੇ ਭੱਜੇ ਜਾ ਰਹੇ ਨੇ ਬੀਬੀ ਅਰਦਾਸ ਕਰ ਰਹੀ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਹੁਣ ਲਾਵੋ ਭੋਗ ਹਰ ਰਾਏ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਕਿਹਾ ਵਾਜਾਂ ਵਾਲੇ ਸਤਿਗੁਰੂ ਜੀ ਪਿੱਛੇ ਖਲੋਤੇ ਕਹਿੰਦੇ ਨੇ ਬੀਬਾ ਲਿਆ ਇੱਧਰ ਨੂੰ ਮੈਨੂੰ ਬੜੀ ਭੁੱਖ ਲੱਗੀ ਮੈਂ ਵੀ ਦੋ ਦਿਨ ਦਾ ਕੱਖ ਨਹੀਂ ਛਕਿਆ ਲਿਆ ਮੈਨੂੰ ਪ੍ਰਸ਼ਾਦਾ ਛਕਾ ਦੇ ਲਿਆ ਮੈਨੂੰ ਛਕਾ ਦੇ ਜਦੋਂ ਪਿੱਛੇ ਮੁੜ ਕੇ ਦੇਖਿਆ ਤੇ ਧੰਨ ਵਾਜਾਂ ਵਾਲੇ ਸਤਿਗੁਰ ਜੀ ਪ੍ਰਤੱਖ ਘੋੜੇ ਦੇ ਉੱਤੇ ਸਵਾਰਾ ਕਰਕੇ ਖੜੇ ਨੇ ਤੇ ਦਰਸ਼ਨ ਕੀਤੇ ਮੇਰੇ ਸਤਿਗੁਰਾਂ ਦੇ ਬੀਬੀ ਤਰਲੋਕਾ ਬਾਈ ਸਤਿਗੁਰਾਂ ਦੇ ਚਰਨਾਂ ਤੇ ਟਹਿ ਪਈ ਆਖੋ ਸਤਨਾਮ ਉਹ ਦਿੰਦਾ ਹੈ ਦਰਸ਼ਨ ਪ੍ਰਸਾਦ ਸਿੰਘ ਸਾਨੂੰ ਦਰਸ਼ਨ ਗੁਰੂ ਦੀ ਅੱਗੇ ਅਰਦਾਸ ਕਰਨੀ ਨਹੀਂ ਆਉਂਦੀ ਕਿਤੇ ਕਰਿਆ ਕਰੀਏ ਅਰਦਾਸ ਹੇ ਮੇਰੇ ਸੱਚੇ ਪਾਤਸ਼ਾਹ ਕਿਰਪਾ ਕਰੋ ਰਹਿਮਤਾਂ ਕਰੋ ਅੱਜ ਸਾਰੀਆਂ ਸੰਗਤਾਂ ਆਈਆਂ ਨੇ ਮੇਰੇ ਮਾਲਕ ਜੀ ਕਿਰਪਾ ਕਰੋ ਸਾਨੂੰ ਵੀ ਐਸਾ ਰਸ ਐਸਾ ਆਨੰਦ ਬਖਸ਼ੋ ਬੀਬੀ ਤਰਲੋਕਾ ਬਾਈ ਦੇ ਹੱਥੋਂ ਤੋਂ ਫੁੱਲ ਕੇ ਸਤਿਗੁਰਾਂ ਨੇ ਫੜ ਲਏ ਤੇ ਗੁਰੂ ਸਾਹਿਬ ਨੇ ਛਕਣੇ ਸ਼ੁਰੂ ਕਰ ਦਿੱਤੇ ਤੇ ਗੁਰੂ ਸਾਹਿਬ ਇੱਕ ਪ੍ਰਸ਼ਾਦਾ ਇੱਕ ਬੁਰਕੀ ਛਕਦੇ ਕਹਿੰਦੇ ਬਹੁਤ ਸਵਾਦ ਦੂਜੀ ਬੁਰਕੀ ਲਈ ਕਹਿੰਦੇ ਬਹੁਤ ਸਵਾਦ ਰੁੱਖਾ ਪ੍ਰਸ਼ਾਦਾ ਭਾਈ ਲਾਲੋ ਦੇ ਘਰ ਦਾ ਕਹਿੰਦੇ ਬੜਾ ਹੀ ਮਿੱਠਾ ਹੈ ਬੜਾ ਹੀ ਮਿੱਠਾ ਹੈ ਸਾਧ ਸੰਗਤ ਮੇਰੇ ਕਲਗੀਧਰ ਪਾਤਸ਼ਾਹ ਮੇਰੇ ਵਾਜਾਂ ਵਾਲੇ ਪਾਤਸ਼ਾਹ ਕਹਿੰਦੇ ਨੇ ਬੀਬਾ ਤਰਲੋਕਾ ਬਾਈ ਤੂੰ ਨਿਹਾਲ 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 ਸੱਚੀ ਗੱਲ ਹੈ ਜੀ ਇਹ ਕੋਈ ਉਸ ਵੇਲੇ ਦੀ ਗੱਲਾਂ ਨਹੀਂ ਹੈ ਆਹ ਹੁਣ ਵੀ ਆਹ ਹੁਣ ਹੁਣ ਦੀ ਗੱਲ ਹੈ ਸਾਧ ਸੰਗਤ 1800 ਸਨ ਦੀ ਆਹ ਹੁਣ ਦੀਆਂ ਗੱਲਾਂ ਨੇ ਜਦੋਂ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਬੰਦਗੀ ਕਰਨ ਗਏ ਹਜ਼ੂਰ ਸਾਹਿਬ ਅੱਜ ਇੱਕੋ ਹੀ ਸਥਾਨ ਆ ਗੁਰਦੁਆਰਾ ਭਜਨਗੜ ਸਾਹਿਬ ਬੰਦਗੀ ਕਰਦਿਆਂ ਕਰਦਿਆਂ ਅਵਸਥਾ ਐਸੀ ਆ ਗਈ ਤਨ ਸੁੱਕਾ ਪਿੰਜਰ ਥੀਆ ਵਾਹ ਜੀ ਵਾਹ ਤਲੀਆਂ ਅਜੇ ਸੋ ਰੱਬ ਨਾ ਵੇਖ ਬੰਦੇ ਕੇ ਓਹੋ ਇਹ ਹਾਲ ਹੋਇਆ ਪਿਆ ਤਨ ਸੁੱਕ ਕੇ ਹੱਡਾਂ ਦਾ ਹੋਇਆ ਪਿੰਜਰਾ ਹਜੇ ਵੀ ਨਾ ਰੱਬ ਬੋੜਿਆ ਤਨ ਸੁੱਕ ਕੇ ਹੱਡਾਂ ਦਾ ਹੋਇਆ ਪਿੰਜਰਾ ਹਜੇ ਵੀ ਨਾ ਰੱਬ ਬੋੜਿਆ ਸੁੱਕ ਕੇ ਹੱਡਾਂ ਦਾ ਹੋਇਆ ਪਿੰਜਰਾ ਹਜੇ ਵੀ ਨਾ ਰੱਬ ਬੋੜਿਆ
ਤਨ ਸੁੱਖ ਕੇ ਹਟਾਉਂਦਾ ਹੋਇਆ ਵਿੱਚ ਅਜੇ ਵੀ ਨਾ ਰੱਬ ਬੋਲਿਆ ਅਜੇ ਵੀ ਨਾ ਰੱਬ ਬੋਲਿਆ ਬਾਬਾ ਅਤਰ ਸਿੰਘ ਜੀ ਬੈਠੇ ਨੇ ਥੋੜੀ ਜਿਹੀ ਆਵਾਜ਼ ਘੱਟ ਰੱਖਣਾ ਬੈਠੇ ਨੇ ਅਰਦਾਸਾਂ ਕਰ ਰਹੇ ਮਹਾਰਾਜ ਕਿਰਪਾ ਕਰੋ ਕਹਿੰਦੇ ਕਲਗੀਧਰ ਪਾਤਸ਼ਾਹ ਨੇ ਸੁਪਨੇ 'ਚ ਦਰਸ਼ਨ ਦਿੱਤੇ ਜਥੇਦਾਰ ਜੀ ਨੂੰ ਅੱਜ ਵੀ ਜਾਓ ਹਜ਼ੂਰ ਸਾਹਿਬ ਸੁਪਨੇ 'ਚ ਦਰਸ਼ਨ ਦਿੱਤੇ ਕਹਿੰਦੇ ਮੈਨੂੰ ਥਾਲਾ ਬਾਅਦ 'ਚ ਲਿਆਇਓ ਪਹਿਲੇ ਮੇਰੇ ਸਿੱਖ ਨੂੰ ਭਜਨਗੜ ਸਾਹਿਬ ਕਹਿੰਦੇ ਉੱਥੇ ਜਾ ਕੇ ਪਹਿਲੇ ਉਹਨੂੰ ਪ੍ਰਸ਼ਾਦਾ ਛਕਾ ਦਿਓ ਜੇ ਉਹਨੇ ਨਹੀਂ ਛਕਿਆ ਤਾਂ ਮੈਨੂੰ ਵੀ ਪ੍ਰਵਾਨ ਨਹੀਂ ਹੈ ਕਹਿੰਦੇ ਸਾਧ ਸੰਗਤ ਹਜ਼ੂਰ ਸਾਹਿਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਵੀ ਜਥੇਦਾਰ ਸਾਹਿਬ ਆਪ ਬਾਬਾ ਅਤਰ ਸਿੰਘ ਜੀ ਲਈ ਪ੍ਰਸ਼ਾਦਾ ਲੈ ਕੇ ਗਏ ਬਾਬਾ ਅਤਰ ਸਿੰਘ ਮਹਾਰਾਜ ਲਈ ਪ੍ਰਸ਼ਾਦਾ ਲੈ ਕੇ ਗਏ ਕਹਿੰਦੇ ਤੁਹਾਨੂੰ ਕਿਹਨੇ ਦੱਸਿਆ ਕਹਿੰਦੇ ਜਿਹਦੀ ਯਾਦ ਵਿੱਚ ਤੁਸੀਂ ਬੈਠੇ ਹੋ ਨਾ ਉਹ ਮਾਲਕ ਤੁਹਾਡੀ ਯਾਦ ਵਿੱਚ ਬੈਠਾ ਆ ਕਾਹੇ ਰੇਮਨ ਚਿਤਵੈ ਉਦਮ ਜਾਂ ਆਹਰ ਹਰ ਜਿਉਂ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਅੱਗੇ ਕਰ ਧਰਿਆ ਤੁਸੀਂ ਜਿੱਥੇ ਬਹਿ ਕੇ ਯਾਦ ਕਰੋਗੇ ਮਤ ਕੋਈ ਸਮਝੇ ਅੱਜ ਤੁਸੀਂ ਸੰਸਾਰ ਸਾਹਿਬ ਬੈਠੇ ਹੋ ਸੱਚੀ ਕਰਕੇ ਤੁਸੀਂ ਗੁਰੂ ਦੀ ਗੋਦ ਵਿੱਚ ਬੈਠੇ ਹੋ ਜੇ ਗੁਰੂ ਨੂੰ ਯਾਦ ਕਰ ਰਹੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਅੱਜ ਤੁਹਾਡੇ ਨਾਲ ਹੀ ਬੈਠੇ ਹੋਏ ਨੇ ਸਾਧ ਸੰਗਤ ਬਾਬਾ ਅਤਰ ਸਿੰਘ ਮਹਾਰਾਜ ਨੇ ਪ੍ਰਸ਼ਾਦਾ ਛਕਿਆ ਨਹੀਂ ਕਹਿੰਦੇ ਜਦ ਤੱਕ ਦਰਸ਼ਨ ਨਹੀਂ ਹੁੰਦੇ ਪ੍ਰਤੱਖ ਦਰਸ਼ਨ ਦਿੱਤੇ ਵਾਜਾਂ ਵਾਲੇ ਸਤਿਗੁਰਾਂ ਨੇ ਤੇ ਕਿਹਾ ਹੁਣ ਜਾ ਕੇ ਪ੍ਰਚਾਰ ਕਰੋ ਬਾਬਾ ਅਤਰ ਸਿੰਘ ਜੀ ਨੇ 18 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਕੇ ਜਹਾਜ਼ੇ ਚੜਾਇਆ ਸੋ ਸਾਧ ਸੰਗਤ ਬੀਬੀ ਤਰਲੋਕਾ ਬਾਈ ਨੂੰ ਕਿਹਾ ਤੂੰ ਨਿਹਾਲ ਨਿਹਾਲ ਤੇ ਜਦੋਂ 3 ਵਾਰੀ ਕਿਹਾ ਬੀਬੀ ਤਰਲੋਕਾ ਬਾਈ ਮੰਗ ਕੀ ਮੰਗਦੀ ਹੈ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਆਪਣਾ ਬਣਾ ਲਓ ਜੇ ਗੁਰੂ ਦੇ ਬਣਨਾ ਨਾ ਮੇਰੇ ਪੜ੍ਹ ਲਓ ਧਾਰਨਾ ਸਾਰੇ ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਜੇ ਲੈਣੀਆਂ ਖੰਡੇ ਵਾਲਾ ਅਮਰਤ ਸੰਗ ਤੇ ਖੰਡੇ ਵਾਲਾ ਅਮਰਤ ਪੀ ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਜੇ ਲੈਣੀਆਂ ਖੰਡੇ ਵਾਲਾ ਅਮਰਤ ਪੀ ਸੰਗ ਤੇ ਖੰਡੇ ਵਾਲਾ ਅੰਮ੍ਰਿਤ ਪੀ ਬੋਲੋ ਪਿਤਾ ਦਸ਼ਮੇਸ਼ ਖੰਡੇ ਵਾਲਾ ਅੰਮ੍ਰਿਤ ਪੀ ਨੀ ਸੰਗ ਤੇ ਖੰਡੇ ਵਾਲਾ ਸੋ ਸਾਧ ਸੰਗਤ ਜੇ ਗੁਰੂ ਦੀ ਖੁਸ਼ੀ ਲੈਣੀ ਹੈ ਨਾ ਚੇਤੇ ਰੱਖਿਓ ਅੰਮ੍ਰਿਤ ਛਕਣਾ ਪੈਣਾ ਕਿਉਂਕਿ ਸਤਿਗੁਰ ਵਾਜੂ ਗੁਰ ਨਹੀਂ ਕੋਈ ਨੇ ਗੁਰੇ ਕਾ ਹੈ ਸਾਰਾ ਪਰਿਵਾਰ ਗੁਰਾਂ ਸਾਡੇ ਉੱਤੋਂ ਵਾਰਿਆ ਕੋਲੇ ਉਹਨਾਂ ਰੱਖਿਆ ਵੀ ਕੀ ਸੰਗ ਤੇ ਕੋਲੇ ਉਹਨਾਂ ਰੱਖਿਆ ਵੀ ਕੀ ਸਾਰਾ ਪਰਿਵਾਰ ਸਾਡੇ ਉੱਤੋਂ ਵਾਰਿਆ ਕੋਲੇ ਉਹਨਾਂ ਰੱਖਿਆ ਵੀ ਕੀ ਸੰਗ ਤੇ ਕੋਲੇ ਉਹਨਾਂ ਜੀ ਸਾਰਾ ਪਰਿਵਾਰ ਗੁਰਾਂ ਸਾਡੇ ਉੱਤੋਂ ਹਾਰਿਆ ਕੋਲੇ ਉਹਨਾਂ ਰੱਖਿਆ ਵੀ ਕੀ ਨੀ ਸੰਗ ਤੇ ਮੈਨੂੰ ਆਪਣਾ ਬਣਾ ਲੈ ਵਜੋਂ ਵਾਲਿਆ ਬਾਰ ਬਾਰ ਇਹੋ ਬੇਨਤੀ ਮੈਨੂੰ ਆਪਣਾ ਬਣਾ ਲੈ ਕਲਗੀਆਂ ਵਾਲਿਆ ਬਾਰ ਬਾਰ ਇਹੋ ਬੇਨਤੀ ਮੈਨੂੰ ਆਪਣਾ ਬਣਾ ਲੈ ਬਾਜਾਂ ਵਾਲਿਆ ਬਾਰ ਬਾਰ ਇਹੋ ਬੇਨਤੀ ਮੈਨੂੰ ਆਪਣਾ ਬਣਾ ਲੈ ਬਾਜਾਂ ਵਾਲਿਆ ਬਾਰ ਬਾਰ ਇਹੋ ਬੇਨਤੀ ਆਪਣਾ ਬਣਾ ਲੈ ਬਾਜਾਂ ਵਾਲਿਆ ਬਾਰ ਬਾਰ ਇਹੋ ਬੇਨਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ ਸਾਰੇ ਪਰਿਵਾਰ
ਜਾਤ ਬਖਸ਼ ਦਿਓ ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ ਅੱਗੇ ਕਈਆਂ ਜਨਮਾਂ ਦੇ ਵਿਛੜੇ ਹੁਣ ਨਾਮ ਛੋੜੀ ਮਾਲਕਾ ਅੱਗੇ ਕਈਆਂ ਜਨਮਾਂ ਦੇ ਵਿਛੜੇ ਹੁਣ ਨਾਮ ਛੋੜੀ ਮਾਲਕਾ ਕਈਆਂ ਜਨਮਾਂ ਦੇ ਵਿਛੜੇ ਹੁਣ ਨਾਮ ਛੋੜੀ ਮਾਤਿਆ ਹੁਣ ਨਾ ਵਿਛੋੜੀ ਦਾਤਿਆ ਕਰ ਲੋ ਅਰਦਾਸ ਸਾਰੇ ਹੁਣ ਨਾ ਅੱਗੇ ਕਈਆਂ ਜਨਮਾਂ ਦੇ ਵਿਛੜੇ ਵਿਛੋੜੀ ਅੱਗੇ ਕਈਆਂ ਜਨਮਾਂ ਦੇ ਵਿਛੜੇ ਹੁਣ ਨਾ ਵਿਛੋੜੀ ਦਾਤਿਆ ਹੁਣ ਨਾ ਵਿਛੋੜੀ ਦਾਤਿਆ ਹੁਣ ਨਾ ਵਿਛੋੜੀ ਦਾਤਿਆ ਹੁਣ ਨਾ ਵਿਛੋੜੀ ਦਾਤਿਆ ਬਹੁਤ ਜਨਮ ਵਿਛੜੇ ਤੇ ਮਾਂ ਦੋ ਜਨਮ ਤੁਮਾਰੇ ਦੇਖ ਜਹਰਮ ਦਾ ਸਿਆਂ ਸੁਨਾਕ ਜੀਵੋ ਪਿਓ ਦਰਸ਼ ਦੇਖ ਸੋ ਆਓ ਇਤਨਾ ਸਮਾਂ ਕਰਿਓ ਪ੍ਰਵਾਨ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਇਹ ਅਰਦਾਸ ਕਰੀਏ ਸੱਚੇ ਪਾਤਸ਼ਾਹ ਇਸ ਜੀਵਨ ਵਿੱਚ ਸਾਡੀ ਬਾਂਹ ਤੁਸੀਂ ਫੜ ਲਓ ਆਪਣੀ ਬਾਂਹ ਸਾਨੂੰ ਫੜਾ ਦਿਓ ਤੁਹਾਡੇ ਬਣ ਜਾਈਏ ਸੋ ਸਾਧ ਸੰਗਤ ਬੀਬੀ ਤਰਲੋਕਾ ਬਾਈ ਸਤਿਗੁਰ ਜੀ ਦੀ ਦਰ ਘਰ ਵਿੱਚੋਂ ਅੰਮ੍ਰਿਤ ਛਕ ਕੇ ਗੁਰੂ ਘਰ ਦੀ ਖੁਸ਼ੀਆਂ ਲਈਆਂ ਕੱਲ੍ਹ ਅੰਮ੍ਰਿਤ ਸੰਚਾਰ ਹੈ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਤਿਆਰ ਬਰ ਤਿਆਰ ਹੋ ਕੇ ਕੱਲ੍ਹ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ ਆਓ ਮਹਾਂਪੁਰਸ਼ਾਂ ਨੂੰ ਬੇਨਤੀ ਕਰੀਏ ਕਿਉਂਕਿ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਨਾਲ ਹੀ ਕੀਰਤਨ ਕਰਨਾ ਸ਼ੁਰੂ ਕੀਤਾ ਅਤੇ ਅੱਜ ਕੀਰਤਨ ਕਰ ਰਹੇ ਹਾਂ ਸੋ ਸਾਧ ਸੰਗਤ ਸਦਾ ਆਪ ਜੀ ਦੇ ਜੋੜੇ ਚੜ੍ਹਦੇ ਰਹੀਏ ਇਹ ਅਰਦਾਸ ਹੈ ਦੋਵੇਂ ਹੱਥ ਜੋੜ ਕੇ ਸਾਰੀ ਸੰਗਤ ਬੁਲੰਦ ਆਵਾਜ਼ ਵਿੱਚ ਗੱਜ ਵੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ